ਸ਼ਮਾਦਾਨ ਰੇਡੀਓ ਪੰਜਾਬ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਜੀ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਹੋ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਮਿੰਟਾਂ ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਸਪான்ਸਰ ਨੇ ਜੀ ਅਮਰੀਕਾ ਦੀ ਮਸ਼ਹੂਰ ਲਾ ਫਾਰਮ ਕੈਲੈਂਡ ਗੈਲ ਜਿਹੜੇ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਪੱਕੇ ਕਰਵਾ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਨੂੰ ਵੀ ਮੰਗਾ ਚੁੱਕੇ ਆ ਗ੍ਰੀਨ ਕਾਰਡ ਵੀ ਉਹਨਾਂ ਦਾ ਬਣਵਾ ਕੇ ਦਿੰਦੇ ਨੇ ਐਲ 1 ਵੀਜ਼ੇ ਦੇ ਵੀ ਪ੍ਰੋਸੈਸਿੰਗ ਕਰਦੇ ਆ ਤੁਸੀਂ ਇਹਨਾਂ ਦੇ ਸੀਨੀਅਰ ਅਟਾਰਨੀ ਐਮੀ ਗੱਲ ਹੋਰਾਂ ਦੇ ਨਾਲ ਲੈਂਡਲਾਈਨ ਦੇ ਉੱਤੇ ਅਮਰੀਕਾ ਦਾ ਫੋਨ ਨੰਬਰ ਨਿਊਯਾਰਕ ਦੇ ਟਾਈਮ ਮੁਤਾਬਕ 212 6192859 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਰਾਜਵੀਰ ਸਿੰਘ ਜਿਹੜੇ ਆਪਣੇ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਨੇ ਇਹਨਾਂ ਨਾਲ WhatsApp ਦੇ ਉੱਤੇ ਮੈਸੇਜ ਛੱਡ ਸਕਦੇ ਹੋ +1 ਅਮਰੀਕਾ ਦਾ ਕੋਡ ਲਾ ਕੇ 7186121188 ਦੇ ਉੱਤੇ ਕਾਲ ਕਰ ਸਕਦੇ ਹੋ ਬੇਝਿਜਕ ਹੋ ਕੇ ਗੱਲਬਾਤ ਕਰੋ ਤੁਹਾਨੂੰ ਜਵਾਬ ਦੇਣਗੇ ਰਾਜਵੀਰ ਸਿੰਘ ਹੋਰੀ ਰੇਡੀਓ ਪੰਜਾਬ ਟੂਰੇ ਦਾ ਹਵਾਲਾ ਜ਼ਰੂਰ ਦੇ ਦੇਣਾ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਅਕਾਊਂਟਸ ਦਾ ਕੰਮ ਲੈਣਾ ਹੈ ਜਾਂ ਕੰਪਨੀ ਬਣਾਉਣੀ ਹੈ ਫਾਰਮ ਰਜਿਸਟਰਡ ਕਰਾਉਣੀ ਹੈ ਤਾਂ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰੀ 253 520 886 ਅਮਰੀਕਾ ਦਾ ਕੋਡ ਲਾ ਕੇ 253 520 886 ਦੇ ਉੱਤੇ ਕਾਲ ਕਰ ਲਓ 시애ਟਲ ਦੇ ਵਰਕਿੰਗ ਆਰਸ ਦੇ ਮੁਤਾਬਕ ਤੁਸੀਂ ਗੱਲਬਾਤ ਕਰਨੀ ਹੈ ਲੋਕੇਸ਼ਨ ਇਹਨਾਂ ਦੀ 24915 104 ਐਵੇਨਿਊ ਕੈਂਟ ਵਿਸ਼ਿੰਗਟਨ ਚ ਹੈ ਜੀ ਵਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਚ ਓਨਰ ਆਪਰੇਟਰ ਤੇ ਡਰਾਈਵਰ हायर ਕਰ ਰਹੀ ਹੈ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਸੰਪਰਕ ਕਰ ਸਕਦੇ ਹੋ ਜਗਦੇਵ ਸੰਧੂ ਹੋਰਾਂ ਦੇ ਨਾਲ 253266924 ਜਾਂ 2063544060 ਤੇ ਗੁਰਵਿੰਦਰ ਢਾਲੀਵਾਲ ਹੋਰਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਤਾਂ ਵਸ਼ਿੰਗਟਨ ਸਟੇਟ ਦੇ ਵਿੱਚ ਜਾਂ ਕੋਈ ਆਬਜੈਕਸ਼ਨ ਰਿਮੂਵ ਕਰਾਉਣੀ ਹੈ ਐਡੀਸ਼ਨ ਕਰਾਉਣੀ ਹੈ ਤਾਂ ਗ੍ਰਿੰਦਰ ਗਰੇਵਾਲ ਹੋਰਾਂ ਦੇ ਨਾਲ 206 941 54 54 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢੱਲੋਂਹਰੀ ਇਸ ਵਕਤ ਸਾਹਜ ਪਾ ਚੁੱਕੇ ਨੇ ਸੋ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਦਿਨ ਹੈ ਸੋਮਵਾਰ ਤੇ ਤਰੀਕ ਹੈ 7 ਅਗਸਤ ਤੇ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਵੇ ਢੱਲੋਂ ਸਾਹਿਬ ਆਰਐਸਐਸ ਦੇ ਨੁਮਾਇੰਦੇ ਤੇ ਹਿੰਦੂ ਜਥੇਬੰਦੀਆਂ ਦੇ ਨੁਮਾਇंदे ਲਗਾਤਾਰ ਹਰਿਆਣੇ ਦੇ ਵਿੱਚ ਮੁਜਾਰੇ ਕਰ ਰਹੇ ਨੇ ਧਮਕੀਆਂ ਦੇ ਰਹੇ ਨੇ ਕਿ ਜਿਨ੍ਹਾਂ ਨੇ ਮੁਸਲਮਾਨਾਂ ਦੇ ਨਾਲ ਖੜਨਾ ਹੈ ਉਹ ਆਪਦੀ ਲਕੀਰ ਖਿੱਚ ਲੈ ਆਪਦੇ ਢੰਗ ਤਰੀਕੇ ਬਦਲ ਲੈਣ ਰੋहतक ਤੋਂ ਇੱਕ ਹਿੰਦੂ ਲੀਡਰ ਦੀ ਆਉਂਦੀ ਹੈ ਕਹਿੰਦਾ ਜੇ ਰੋहतक ਚ ਰਹਿਣਾ ਤਾਂ ਸੰਭਲ ਜੋ ਪਰ ਧੰਨ ਜਿਗਰਾ ਖਾ ਪੰਚਾਇਤਾਂ ਦਾ ਹੱਕ ਤੇ ਥਾਪੀ ਮਾਰ ਕੇ ਸੜਕਾਂ ਤੇ ਨਿਕਲੇ ਆਇਆ ਕਹਿੰਦੇ ਅਸੀਂ ਵੰਡੀਆਂ ਨਹੀਂ ਪਾਉਣ ਦੇਣੀਆਂ ਕਿਸੇ ਨੂੰ ਬਿਲਕੁਲ ਜਦੋਂ ਆਪਾਂ ਖਾਪ ਪੰਚਾਇਤਾਂ ਦੀ ਗੱਲ ਕਰਦੇ ਤਾਂ ਜਾਨ ਵਾਲੀਆਂ ਯਾਦ ਕਰੋ ਤੁਸੀਂ ਕਿਸਾਨ ਅੰਦੋਲਨ ਜੀ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਜੀ ਉਹਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਜੀ ਪੰਜਾਬ ਤੋਂ ਚੱਲ ਕੇ ਫਿਰ ਹਰਿਆਣਾ ਚ ਪੁੱਜਦਾ ਜੀ ਔਰ ਹਰਿਆਣੇ ਦੇ ਵਿੱਚੋਂ ਇਹੋ ਲੱਗਦਾ ਸੀ ਜੀ ਕਿ ਸ਼ਾਇਦ ਅਗਾ ਨਾਦ ਤੋਂ ਦਿੱਤਾ ਜਾਵੇ ਪਰ ਹਰਿਆਣੇ ਦੇ ਇਹ ਕਿਸਾਨ ਆਗੂ ਜੀ ਜਾਂ ਉੱਥੋਂ ਦੇ ਕਿਸਾਨ ਕਰਮਚਾਰਕੁਨ ਸੀ ਜੀ ਉਹਨਾਂ ਕਰਮਚਾਰਕੁਨ ਨੇ ਜਿਹੜਾ ਕੰਮ ਕੀਤਾ ਜੀ ਉਹ ਕਾਬਲੇ ਤਾਰੀਫ ਹੈ ਜੀ ਕਿਉਂਕਿ ਹਰਿਆਣੇ ਦੀ ਸਰਕਾਰ ਨੇ ਹੂੰ ਹੂੰ ਥਾਂ ਥਾਂ ਤੋਂ ਪੱਟਦਾ ਸੀ ਸੜਕਾਂ ਨੂੰ ਜੀ ਵੱਡੇ ਵੱਡੇ ਖੱਡੇ ਪਾਤੇ ਸੀ ਹੂੰ ਹੂੰ ਬਹੁਤ ਵੱਡੀਆਂ ਰੁਕਾਵਟਾਂ ਖੜੀਆਂ ਕਰਤੀਆਂ ਸੀ ਜੀ ਤੇ ਸਾਰੀਆਂ ਹੀ ਸੜਕਾਂ ਦੇ ਉੱਤੇ ਹੂੰ ਹੂੰ ਬਹੁਤ ਵੱਡੇ ਪੱਦਰ ਦੇ ਉੱਤੇ ਰੁਕਾਵਟਾਂ ਪਾਤੀਆਂ ਜੀ ਫਿਰ ਇਹ ਕਾਫਲੇ ਦਿੱਲੀ ਜਾਣ ਕਿਵੇਂ ਜੀ ਇਹ ਕਾਫਲੇ ਦਿੱਲੀ ਜਾਣ ਕਿਵੇਂ ਇਹ ਮਾਮਲਾ ਬਣ ਗਿਆ ਜੀ ਤਾਂ ਉਸ ਵੇਲੇ ਫਿਰ ਜਿਹੜੇ ਉੱਥੋਂ ਦੇ ਵਲੰਟੀਅਰ ਸੀ ਜਿਹੜੇ 9 ਜਣੇ ਮੁੰਡੇ ਸੀ ਜੀ ਉਹਨਾਂ ਨੇ ਮੂਰੇ ਮੋਟਰਸਾਈਕਲ ਵਗੈਰਾ ਲਾ ਕੇ ਤੇ ਉਹਨਾਂ ਨੂੰ ਰਾਹ ਪਾ ਕੇ ਆਓ ਆਪਾਂ ਇਹੋ ਚੱਲਦੇ ਹਾਂ ਤੇ ਆਖਰ ਫਿਰ ਦਿੱਲੀ ਦੀ ਘੇਰਾਬੰਦੀ ਹੋਈ ਜੀ ਉਸ ਘੇਰਾਬੰਦੀ ਦੇ ਵਿੱਚੋਂ ਦੋ ਚੀਜ਼ਾਂ ਨਿਕਲੀਆਂ ਹਮ ਹਮ ਇੱਕ ਤਾਂ ਨਿਕਲਿਆ ਕਿਸਾਨ ਏਕਾ ਜੀ ਭਾਈਚਾਰਕ ਕਿ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ ਕੋਈ ਮਜਬ ਨਹੀਂ ਹੁੰਦੀ ਹੂੰ ਹੂੰ ਕਿਸੇ ਕਿਸਮ ਦਾ ਕੋਈ ਨਾ ਤੋ ਫਰਕਾ ਨਹੀਂ ਹੁੰਦਾ ਜੀ ਇਹ ਅੰਨਦਾਤਾ ਤੇ ਅੰਨਦਾਤਾ ਇੱਕ ਮੁੱਠ ਹੈ ਹੂੰ ਹੂੰ ਇਹ ਠੀਕ ਹੈ ਕਿ ਕਿਸਾਨ ਪੰਜਾਬ ਦੇ ਜਿਹੜੇ ਉਹ ਲੀਡ ਕਰ ਰਹੇ ਸੀ ਜੀ ਬਲਬੀਰ ਸੋਰਾਜੀਵਾਲ ਹੋਵੇ ਜੁਗਿੰਦਰ ਸੋਗਰਾਹਾ ਹੋਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪੰਨੂ ਪੰਦੇਰੂਰੀ ਹੋਣ ਜੀ ਸਾਰੇ ਦਸਤਾਰਤਾਰੀ ਸੀ ਤੇ ਦੁਨੀਆ ਦੇ ਸੌਰੀ ਦੇਸ਼ ਤੇ ਵਖਵਾ ਕੀ ਸੱਚ ਜੀ ਜਦੋਂ ਮਹਾਪੰਚਾਇਤਾਂ ਜੁੜਦੀਆਂ ਹੁੰਦੀਆਂ ਸੀ ਜੀ ਉਹਨਾਂ ਮਹਾਪੰਚਾਇਤਾਂ ਦੇ ਵਿੱਚ ਵੀ ਇਹ ਆ ਗਿਆ ਸੀ ਕਿ ਇੱਕ ਦਸਤਾਰ ਧਾਰੀ ਸਰਦਾਰ ਨੂੰ ਜ਼ਰੂਰ ਲੈ ਕੇ ਆਇਓ ਜਿਹੜੇ ਬੋਲਣ ਵਾਸਤੇ ਆਉਣ ਜੀ ਇਹ ਜਿਹੜਾ ਸੀ ਇੱਕ ਮਾਹੌਲ ਹਮ ਹਮ ਉਸ ਮਾਹੌਲ ਦੇ ਵਿੱਚੋਂ ਫਿਰ ਏਕੇ ਦੀ ਇੱਕ ਨਵੀਂ ਜਿਹੜੀ ਆਸ ਨਿਕਲੀ ਜੀ ਜਿਹੜੇ ਸਿਆਸਤਦਾਨ ਸਤਲੁਜ ਜਮਨਾ ਲਿੰਕ ਨਹਿਰ ਪੰਜਾਬੀ ਬੋਲਦੇ ਇਲਾਕਿਆਂ ਹਮ ਹਮ ਵਗੈਰਾ ਵਗੈਰਾ ਦੇ ਉੱਤੇ ਜੇ ਚੰਡੀਗੜ੍ਹ ਦਾ ਮਾਮਲਾ ਲੈ ਲੀਏ ਹੂੰ ਹੂੰ ਇਹਦੇ ਤੇ ਰੋਟੀਆਂ ਸੇਕਦੇ ਹੁੰਦੇ ਸੀ ਸਭ ਦੇ ਦੰਦ ਖੱਟੇ ਕਰਦੇ ਜੀ ਕਿਉਂਕਿ ਉਹ ਕਹਿੰਦੇ ਅਸੀਂ ਕਿਸਾਨ ਆ ਪਹਿਲਾਂ ਹੂੰ ਹੂੰ ਅਸੀਂ ਭਰਾ ਛੋਟਾ ਤੇ ਵੱਡਾ ਜੀ ਪੰਜਾਬ ਵੱਡਾ ਭਰਾ ਤੇ ਹਰਿਆਣਾ ਹੈਗਾ ਛੋਟਾ ਭਰਾ ਹੂੰ ਹੂੰ ਇੱਕ ਵਾਰ ਐਸਵਾਈਐਲ ਭਾਵੇਂ ਦੂਜਾ ਕੁਝ ਵੀ ਲੈ ਜਾਣ ਲੇਕਿਨ ਅਸੀਂ ਕਿਸਾਨੀ ਦੇ ਮੁੱਦੇ ਤੇ ਇੱਕ ਮੁਠਾ ਜੀ ਜਿਹੜੀ ਉੱਥੋਂ ਏਕਤਾ ਨਿਕਲੀ ਤੇ ਜਿਹੜੀ ਉੱਥੋਂ ਸੰਘਰਸ਼ ਦੀ ਸਪਿਰਟ ਨਿਕਲੀ ਹੂੰ ਹੂੰ ਉਸ ਸੰਘਰਸ਼ ਦੀ ਸਪਿਰਟ ਐਸੋੜੇ ਤੁਹਾਨੂੰ ਥਾਂ-ਥਾਂ ਪੰਜਾਬ 'ਚ ਵੀ ਦਿਖਦੀ ਹੈ ਤੇ ਹਰਿਆਣਾ 'ਚ ਵੀ ਦਿਖਦੀ ਹੈ ਜੀ ਪੰਜਾਬ ਦੀ ਤਰਾਸ ਦੀ ਵੱਖਰੀ ਹੈ ਹਰਿਆਣੇ ਦੀ ਤਰਾਸ ਦੀ ਵੱਖਰੀ ਹੈ ਪੰਜਾਬ ਬਾਰੇ ਮਸ਼ਹੂਰ ਹੈ ਕਿ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਹੂੰ ਹੂੰ ਇੱਥੇ ਕਮਿਊਨਲ ਦੰਗੇ ਕਰਵਾਉਣ ਦਾ ਲੱਖ ਯਤਨ ਕਰਲੇ ਕੋਈ ਤੇ ਕਦੇ ਹੁੰਦੇ ਨਹੀਂ ਜੀ ਅਸੀਂ 1978 ਤੋਂ ਲੈ ਕੇ 93-94 ਤੱਕ ਦਾ ਦੌਰ ਦੇਖਿਆ ਹੈ ਉਸ ਦੌਰ ਦੇ ਵਿੱਚ ਦੋਵਾਂ ਧਰਾਨੇ ਆਪਸੀ ਭੇੜ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਹਿੰਦੂ ਤੇ ਸਿੱਖਾਂ ਦੀ ਕਦੇ ਲੜਾਈ ਨਹੀਂ ਹੋਈ ਸੀ ਜੀ ਬੰਦੇ ਮਰੇ ਆ ਦੋਨਾਂ ਧਰਾਨੇ ਮਰੇ ਕੋਈ ਸ਼ੱਕ ਨਹੀਂ ਇੱਥੇ ਨੁਕਸਾਨ ਹੋਇਆ ਬਹੁਤ ਵੱਡਾ 35 ਤੋਂ ਲੈ ਕੇ 50 ਹਜ਼ਾਰ ਤੱਕ ਦਾ ਅੰਦਾਜ਼ਾ ਲਾਇਆ ਜਾਂਦਾ ਮਰੇ ਹੈ ਲੇਕਿਨ ਜਿਹੜੇ ਕਮਿਊਨਲ ਕਲਾਇਸ਼ ਹੁੰਦੇ ਆ ਫਿਰਕੂ ਦੰਗੇ ਉਹ ਨਹੀਂ ਹੋਏ ਸੀ ਜੀ ਪਰ ਇੱਥੇ ਉਹਨ ਇੱਕ ਨਵੀਂ ਬਿਮਾਰੀ ਆ ਗਈ ਉਹ ਬਿਮਾਰੀ ਦਾ ਨਾਂ ਨਸ਼ਾ ਹੂੰ ਹੂੰ ਤੇ ਇਸ ਨਸ਼ੇ ਦੇ ਖਿਲਾਫ ਤੁਸੀਂ ਹੁਣ ਇੱਕ ਦੇਖੋ ਇੱਕ ਨਵੀਂ ਕਿਸਮ ਦੀ ਲਹਿਰ ਪੈਦਾ ਹੋਈ ਹੈ ਜੀ ਸਰਕਾਰਾਂ ਫੇਲ ਪ੍ਰਸ਼ਾਸਨ ਫੇਲ ਪੁਲਿਸ ਫੇਲ ਲੋਕਾਂ ਦੇ ਹਿੱਕਾਂ 'ਚ ਗੋਲੀਆਂ ਖਾ ਰਹੇ ਆ ਲੋਕਾਂ ਹਿੱਕਾਂ 'ਚ ਗੋਲੀਆਂ ਖਾਂਦੇ ਤੇ ਡਾਂਗਾ ਚੱਕ ਕੇ ਪਹਿਰੇ ਦਿੰਦੇ ਪਹਿਰੇ ਦਿੰਦੇ ਆ ਪਿੰਡਾਂ ਦੇ ਵਿੱਚ ਥਾਂ-ਥਾਂ ਦੇ ਉੱਤੇ ਜਿਹੜੇ ਠਿਕਰੀ ਪਹਿਰੇ ਲੱਗ ਰਹੇ ਆ ਰਾਤ ਤੱਕ ਵੀਡੀਓ ਬੜੀ ਵਾਇਰਲ ਹੋ ਜਾਂਦੀ ਆ ਚਾਰ ਕਿ ਦਿਨ ਪਹਿਲਾਂ ਤੁਸੀਂ ਇੱਕ ਖਬਰ ਸੁਣੀ ਹੋਣੀ ਐ ਕਿ ਸਾਡੇ ਪਿੰਡਾਂ 'ਚ ਹੂੰ ਹੂੰ ਬਠਿੰਡੇ ਤੋਂ ਜਦੋਂ ਆਪਾਂ ਜਾਣੇ ਆ ਬਾਦਲ ਵਾਲੇ ਪਾਸੇ ਨੂੰ ਜੀ ਇੱਥੇ ਇੱਕ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਬੰਦੇ ਹੂੰ ਹੂੰ ਜਾਂ ਕੋਈ ਗਰੀਬ ਲੋਕ ਕਹਿ ਸਕਦੇ ਆ ਆਪਾਂ ਹਾਂਜੀ ਉਹ ਕਿਸੇ ਵੱਡੇ ਸਮਗਲਰ ਦੀ दारू ਵੇਚ ਰਹੇ ਸੀ ਅੱਛਾ ਜੀ ਆਪਣੀ ਕਾਰ ਗੱਡੀ ਜੋ ਚਲ ਗਿਆ ਕਿ ਹਾਂ ਹਾਂ ਠੇਕੇਦਾਰਾਂ ਨੇ ਇੱਕ ਨਵਾਂ ਪਰਪੰਚ ਰਚਾਇਆ ਹੁਣ ਹੂੰ ਹੂੰ ਉਹ ਕਹਿੰਦੇ ਜੀ ਸਾਨੂੰ ਚਾਹੀਦੀ ਹੈ ਤੇਗਾ ਅਫਸਰ ਇਹੋ ਜੇ ਹੈ ਹਾਂ ਹਾਂ ਕਿ ਅਫਸਰ ਉਹਨਾਂ ਨੂੰ ਫਿਰ ਜਿੰਨੀ ਤੁਹਾਨੂੰ ਫੋਰਸ ਚਾਹੀਦੀ ਹੈ ਓਨੀ ਉਹ ਫੋਰਸ ਦੇ ਦਿੰਦੇ ਆ ਕਈ ਵਾਰੀ ਜੇ ਕੋਈ ਛੋਟਾ ਅਫਸਰ ਮਾਲਾ ਮੋਟਾ ਨਾ ਨੁਕਰ ਕਰੇ ਤਾਂ ਵੱਡੇ ਨੂੰ ਅਪਰੋਚ ਕਰ ਲੈਂਦੇ ਆ ਹੂੰ ਹੂੰ ਉਹ ਦਾ ਜਨਾਬ ਸਰ ਹੁੰਦਾ ਉਹਦਾ ਦਾਇਰਾ ਵੱਡਾ ਹੁੰਦਾ ਹੈ ਹਮ ਜਿੰਨੇ ਜ਼ਿਲ੍ਹਿਆਂ ਦਾ مالک ਹੁੰਦਾ ਫਿਰ ਉਹਨੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਆਪ ਦੀ ਫੋਰਸ ਬਣਾ ਲੈਂਦਾ ਹੈ ਜੀ ਆ ਉੱਥੋਂ ਬੰਦੇ ਲੈ ਕੇ ਫਿਰ ਉਹ ਕਹਿੰਦਾ ਲਓ ਜੀ ਆ ਤੁਹਾਡੇ ਨਾਲ ਲਾਤੀ ਡਿਊਟੀ ਤੇ ਹਮ ਹਮ ਕਹਿੰਦੇ ਆ ਲੈਂਡ ਆਰਡਰ ਦੀ ਡਿਊਟੀ ਤੇ ਪਰ ਭੇਜ ਦਿੰਦੇ ਆ ਉਹਨਾਂ ਨੂੰ ਮਤਲਬ ਜਿਹੜੇ ਆਪਾਂ ਕੀ ਕਮਾਗੇ ਉਹਨਾਂ ਦੇ ਗੁਲਾਮ ਬਣਾ ਕੇ ਠੇਕੇਦਾਰਾਂ ਦੇ ਹਮ ਹਮ ਤੇ ਨਾਲ ਫਿਰ ਠੇਕੇਦਾਰਾਂ ਦੇ ਕਰਿੰਦੇ ਹੁੰਦੇ ਆ ਹਮ ਹਮ ਇਹ ਧੁੰਨੀ ਕੇ ਪਿੰਡ ਕੋਲੇ ਉੱਥੇ ਜੀ ਟੱਕਰਾ ਹੋ ਗਿਆ ਜੀ ਉਹ ਦਾਰੂ ਵੇਚਣ ਆਸਤੇ ਆ ਕੇ ਤੇ ਇਧਰੋਂ ਜਦੋਂ ਪੁਲਿਸ ਵਾਲੇ ਪੈਗੇ ਹੂੰ ਹੂੰ ਨਤੀਜਾ ਇਹ ਹੋ ਗਿਆ ਕਿ ਅਗੋਂ ਉਹ ਵੀ ਪੂਰੇ ਮੁਸ਼ਕਿਲ ਸੀ ਨਿਗਾੜੇ ਉਹਨਾਂ ਦੇ ਪਾਈ ਸੀ ਚੋਲੇ ਹੂੰ ਹੂੰ ਤੇ ਦਾ ਦੂਤ ਤੇ ਜਿਹੜੇ ਤੁਹਾਡੇ ਖੰਡੇ ਕਿਰਪਾਨਾਂ ਦੇ ਕੋਲੇ ਪੂਰੇ ਸੀ ਉਹ ਪੈਗੇ ਜੀ ਇੱਕ ਹੌਲਦਾਰ ਵਿਚਾਰ ਆ ਉਹਨਾਂ ਦੇ ਡਿੱਕੇ ਆ ਗਿਆ ਹੂੰ ਹੂੰ ਬਾਕੀ ਭੱਜ ਭਜਾ ਗਏ ਤੇ ਹੌਲਦਾਰ ਦੇ ਮਰੇ ਉਹਨਾਂ ਨੇ ਦਾ ਤੇ ਉਹਦੀ ਹੱਥ ਵੱਢਤਾ ਜੀ ਹੱਥ ਵੱਢਣ ਤੋਂ ਬਾਅਦ ਉਹ ਦੂਜੀ ਗੱਡੀ ਭਜਾ ਕੇ ਉੱਪਰ ਕੇ ਲਾਲਾ ਲਾਲਾ ਹੋ ਗਈ ਹੂੰ ਅਗਾ ਆ ਗਿਆ ਪਿੰਡ ਕਾਲ ਚਰਾਣੀ ਹੂੰ ਕਾਲ ਚਰਾਣੀ ਦੇ ਵਿੱਚ ਠਿਕਰੀ ਪੈਰਾਂ ਲੱਗਿਆ ਹੋਇਆ ਸੀ ਲੋਕਾਂ ਨੇ ਲੱਗਿਆ ਤਾਂ ਨਸ਼ੇੜੀਆਂ ਦੇ ਆਸਤੇ ਸੀ ਕਹਿੰਦੇ ਆ ਗਏ ਨਸ਼ਾ ਵੇਚਣ ਵਾਲੇ ਆ ਗਏ ਪੁਲਿਸ ਤੋਂ ਬੰਦੇ ਭੱਜ ਗਏ ਤੇ ਜਟਵਾਦ ਨੇ ਫੜ ਲਏ ਜੀ ਫੜ ਕੇ ਉਹਨਾਂ ਨੇ ਚੰਗੀ ਉਹਨਾਂ ਦੀ ਕੁਟਾਪਾ ਚੜ੍ਹਿਆ ਹੂੰ ਉਹ ਜਿਹੜੇ ਨੇ ਹੱਥ ਫੜਿਆ ਸੀ ਦੂਜੇ ਪੁਲਿਸ ਵਾਲੇ ਆ ਕੇ ਜਿਹਨੇ ਹੱਥ ਫੜਿਆ ਸੀ ਉਹਨੂੰ ਫੜ ਕੇ ਲੈ ਗਏ ਤੇ ਜਿਸ ਉਹਨਾਂ ਨੂੰ ਨਾਲ ਲੈ ਕੇ ਕਹਿੰਦੇ ਆ ਲਓ ਜੀ ਨਸ਼ੇ ਵਾਲੇ ਨੇ ਫੜ ਲੈਂਦੇ ਹੂੰ ਉਹ ਵੇਖ ਕੇ ਇਹਦੇ ਤਾਂ ਉਹੀ ਹੈ ਜਿਨ੍ਹਾਂ ਨੇ ਸਾਡੇ ਹੌਲਦਾਰ ਦਾ ਹੱਥ ਫੜਿਆ ਸੀ ਭੱਜ ਕੇ ਚਲੇ ਗਏ ਹੂੰ ਹੁਣ ਤੁਸੀਂ ਸਥਿਤੀ ਇਹ ਦੇਖੋ ਕਿ ਲੋਕ ਪੁਲਿਸ ਦੀ ਰੱਖੀ ਕਰਨ ਲੱਗੇ ਪੁ ਕੁਝ ਜ਼ਮਾਨਾ ਹੁੰਦਾ ਸੀ ਤੇ ਪੁਲਿਸ ਲੋਕਾਂ ਦੀ ਰਾਖੀ ਕਰਦੀ ਸੀ ਹੁਣ ਲੋਕ ਪੁਲਿਸ ਦੀ ਰਾਖੀ ਕਰਨ ਲੱਗੇ ਜੀ ਲੋ ਸਾਹਿਬ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹਾਂ ਗੰਡਾਸੇ ਚੱਕੇ ਆ ਤਿੰਨ ਜਣੇ ਮੋਟਰਸਾਈਕਲ ਤੇ ਲੁਧਿਆਣੇ ਦਾ ਨੰਬਰ ਆ ਵਿਚਾਲੇ ਮੈਨੂੰ ਯਾਦ ਨਹੀਂ 420 ਨੰਬਰ ਵੀ ਲਿਖਿਆ ਹੋਇਆ ਹਾਂ ਤੇ ਮੁੰਡੇ ਫਿਰ ਜੀਪ ਤੇ ਮਗਰ ਪੈ ਗਏ ਉਹਨਾਂ ਦੀ ਲੇਰਲੀ ਕਢਾਤੀ ਪਤਾ ਨਹੀਂ 10 ਕਿਲੋਮੀਟਰ ਗਏ ਕਿ 20 ਕਿਲੋਮੀਟਰ ਉਹਨਾਂ ਦੇ ਮਗਰ ਤੇ ਮੋਟਰਸਾਈਕਲ ਅੱਗੇ ਅੱਗੇ ਤੇ ਉਹ ਪੁਲਿਸ ਨੂੰ ਫੋਨ ਵੀ ਕਰ ਰਹੇ ਆ ਤੇ ਪੁਲਿਸ ਵਾਲਾ ਕੋਈ ਬਾਰਡ ਨਹੀਂ ਰਿਹਾ ਦੱਸੋ ਤੇ ਉਵੇਂ ਕਿਰਪਾਨਾਂ ਲਹਿਰਾਉਂਦੇ ਤੁਰੇ ਜਾਂਦੇ ਰਾਤ ਨੂੰ ਅੱਧੀ ਰਾਤ ਨੂੰ ਦੱਸਿਆ ਹਾਂ ਆਪਾਂ ਗੱਲ ਕਰਦੇ ਸੀ ਕਿ ਜਦੋਂ ਲੋਕਾਂ ਦੇ ਵਿੱਚ ਜਿਹੜਾ ਕਿਸਾਨ ਅੰਦোলন ਕਿਸਾਨ ਅੰਦোলন ਨੇ ਚੇਤਨਾ ਵੀ ਪਹਿਲਾਂ ਕੀਤੀ ਐ ਤੇ ਦਲੇਰੀ ਵੀ ਪਹਿਲਾਂ ਕੀਤੀ ਹੁਣ ਆਪਾਂ ਉਧਰ ਹਰਿਆਣੇ ਵਾਲੇ ਹੁਣ ਹਰਿਆਣੇ 'ਚ ਵੜਦੇ ਆਪਾਂ ਹਾਂ ਹਰਿਆਣੇ ਦੇ ਵਿੱਚ ਇੱਕ ਨਵੀਂ ਪ੍ਰੋਬਲਮ ਖੜੀ ਹੋ ਗਈ ਜੀ ਹਰਿਆਣੇ ਦੇ ਵਿੱਚ ਪ੍ਰੋਬਲਮ ਇਹ ਖੜੀ ਹੋ ਗਈ ਕਿ ਉੱਥੇ ਫਿਰਕੂ ਸਥਿਤੀ ਐ ਜਿਹੜੀ ਉਹ ਪੈਦਾ ਕਰ ਦिती ਐ ਅਨਬੈਲੈਂਸ ਕਰਦੀ ਹੋਈ ਨਹੀਂ ਪੈਦਾ ਕਰ ਪੈਦਾ ਕਰ ਦੁੱਤੀ ਐ ਗੱਲ ਕੋਈ ਬਹੁਤ ਹੀ ਵੱਡੀ ਨਹੀਂ ਸੀ ਛੋਟੀ ਗੱਲ ਸੀ ਛੋਟੀ ਵਧਾਉਂਦੇ ਆ ਵਧਾਉਂਦੇ ਤੇ ਹੁਣ ਇੱਥੋਂ ਤੱਕ ਵਧਾ ਦਿੱਤੀ ਹੈ ਕਿ ਜੀ ਉੱਥੇ ਜਿਹੜੇ ਹੈਗੇ ਆ ਬਿੱਲੀ ਝੋਲੇ 'ਚ ਨਹੀਂ ਵੜਦੀ ਬਿੱਲੀ ਝੋਲੇ 'ਚ ਨਹੀਂ ਵੜਦੀ ਜਿਹੜੀ ਜਿਹੜੀ ਆਪਾਂ ਗੱਲ ਕਰੀਏ ਮੇਵਾਤ ਹੂੰ ਹੂੰ ਮੇਵਾਤ ਦਾ ਇਲਾਕਾ ਜਿਹੜਾ ਇਹ ਕਾਫੀ ਲੰਮਾ ਚੌੜਾ ਹੈ ਜੀ ਲੇਕਿਨ ਮੇਵਾਤ ਦੇ ਵਿੱਚ ਇੱਕ ਨੂ ਆਉਂਦਾ ਹੈ ਹੂੰ ਹੂੰ ਨੂ ਦੇ ਵਿੱਚ ਜਿਹੜਾ ਜੋ ਕੁਝ ਉੱਥੇ ਹੋਇਆ ਹੈ ਉਹ ਬਹੁਤ ਭਿਆਨਕ ਹੋਇਆ ਉਹਦਾ ਨਤੀਜਾ ਹੋਇਆ ਕਿਉਂਕਿ ਇੱਕ ਉੱਥੇ ਇੱਕ ਬੜੇ ਬੜੇ ਤਰੀਕੇ ਦੇ ਨਾਲ ਹੂੰ ਹੂੰ ਆਮ ਤੌਰ ਤੇ ਹਰ ਸਾਲ ਉੱਥੇ ਕਰੈਲੀ ਨਿਕਲਦੀ ਹੈ ਜੀ ਜਾ ਪਰ ਲੀਕ ਹੈ ਦੀ ਜਾਂ ਸ਼ੂਭਾ ਯਾਤਰਾ ਕਹਿ ਦੀ ਉਹ ਨਿਕਲਦੀ ਹੈ ਹਮ ਹਮ ਮਨੂ ਮਨੇਸਰ ਨਾ ਦਾ ਇੱਕ ਬੰਦਾ ਹੈ ਹਮ ਹਮ ਜਿਹੜਾ ਦੋ ਤਿੰਨ ਕਤਲਾਂ ਚ ਚਾਹੀਦਾ ਹੈ ਹਮ ਹਮ ਚਾਹੀਦਾ ਉਹ ਰਾਜਸਥਾਨ ਦੀ ਪੁਲਿਸ ਨੂੰ ਹਰਿਆਣਾ ਪੁਲਿਸ ਉਹਦੀ ਜਿਹੜੀ ਹੈਗੀ ਹੈ ਤਾਮੀਰਦਾਰੀ ਕਰਦੀ ਹੈ ਹਮ ਹਮ ਉਹਦੀ ਪੁਸ਼ਤਪਨਾਹੀ ਕਰਦੀ ਹੈ ਹਮ ਹਮ ਉਹ ਬੰਦੇ ਨੂੰ ਫੜਨ ਵਾਸਤੇ ਜਦੋਂ ਆਉਂਦੇ ਤੇ ਉਹ ਕਿਤੇ ਵੀ ਭਲੇ ਨਹੀਂ ਸੌਂਦਾ ਜੀ ਤੇ ਫਿਰ ਜਦੋਂ ਸੋਸ਼ਲ ਮੀਡੀਆ ਕੱਢ ਕੇ ਦੇਖਦੇ ਨੇ ਤੇ ਪੁਲਿਸ ਵਾਲੇ ਉਹਦੇ ਅੱਗੇ ਪਿੱਛੇ ਫਿਰਦੇ ਹੁੰਦੇ ਆ ਹਮ ਹਮ ਔਰ ਉਹ ਬੰਦਾ ਫਿਰ ਉਹਨਾਂ ਦੀ ਜਿਹੜੀ ਹੈਗੀ ਕਹਿੰਦੇ ਜਿਹੜੀ ਜਿਹੜੀ ਗਊ ਰੱਖਿਆ ਕਮੇਟੀ ਬ ਅ ਰਾਜਸਥਾਨ ਵਾਲਿਆਂ ਨੂੰ ਕੋਈ ਸਹਿਯੋਗ ਨਹੀਂ ਮਿਲਦਾ ਹੂੰ ਹੂੰ ਤੇ ਜਦੋਂ ਪਿਛਲੇ ਦਿਨਾਂ ਚ ਉਹਨੇ ਰਫੜ ਪਵਾਤਾ ਉਹਨੇ ਇੱਕ ਵੀਡੀਓ ਪਾਤੀ ਕਿ ਮੈਂ ਆ ਰਿਹਾ ਹਾਂ ਹੂੰ ਹੂੰ ਤੇ ਸ਼ੁਭਾ ਯਾਤਰਾ ਨਿਕਲੂ ਗਿਆ ਉਹ ਸਾਰੇ ਹਿੰਦੂ ਭਰਾਵੋ ਉਹ ਆਉਣੇ ਸ਼ੁਰੂ ਹੋ ਗਏ ਉਹ ਤਾਂ ਜੇ ਨਹੀਂ ਆਇਆ ਸੀ ਜੀ ਇੱਕ ਹੋਰ ਉਹਦੇ ਨਾਲ ਦਾ ਸੀ ਉਹਨੇ ਪਾਤਾ ਕਿ ਤੁਹਾਡਾ ਜੀਜਾ ਆ ਗਿਆ ਹੂੰ ਹੂੰ ਮਤਲਬ ਉਹਨਾਂ ਨੂੰ ਪ੍ਰਵੋਕ ਕੀਤਾ ਜੀ ਕਿ ਤੁਸੀਂ ਪ੍ਰਵੋਕ ਕੀਤਾ ਤੇ ਫਿਰ ਰਫੜ ਪੈ ਗਿਆ ਹੂੰ ਹੂੰ ਤੇ ਲੋ ਦੰਗੇ ਹੋ ਗਏ ਇੱਕ ਤਰਫਾ ਨਹੀਂ ਹੋਇਆ ਦੋਨੋਂ ਤਰਫਾਂ ਤੋਂ ਹੋਈ ਬਾਬਾਗੜਬੜ ਹੋ ਗਈ ਤੇ ਗੜਬੜ ਹੋਣ ਤੋਂ ਬਾਅਦ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਜੀ ਉਹਨਾਂ ਨੇ ਜਦੋਂ ਗ੍ਰਹਿ ਮੰਤਰੀ ਨੂੰ ਪੁੱਛਿਆ ਵੀ ਗ੍ਰਹਿ ਮੰਤਰੀ ਜੀ ਤੁਸੀਂ ਦੱਸੋ ਕਿ ਆਹ ਬੰਦੇ ਨੇ ਵੀਡੀਓ ਪਾਈ ਕਹਿੰਦੇ ਤਾਂ ਕਸੂਰ ਹੀ ਕੋਈ ਨਹੀਂ ਅੱਛਾ ਜਦੋਂ ਗੱਲ ਵੱਧ ਗਈ ਫਿਰ ਕਹਿੰਦੇ ਹਾਂ ਹਾਂ ਦੋ ਸਟੇਟਾਂ ਨੂੰ ਇਸ ਬੰਦੇ ਦੀ ਲੋੜ ਹੈ ਰਾਜਸਥਾਨ ਨੂੰ ਵੀ ਲੋੜ ਹੈ ਰੇੜੇ ਨੂੰ ਵੀ ਲੋੜ ਹੈ ਲੈ ਜਾਣ ਰਾਜਸਥਾਨ ਵਾਲੀ ਹੂੰ ਐਸੀ ਫੜਦੇ ਅਸੀਂ 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 ਬੱਤ ਕਰਾਂਗੇ ਹੂੰ ਮੁੱਖ ਮੰਤਰੀ ਜੀ ਕਹਿੰਦੇ ਹਾਂ ਜੀ ਹਾਂ ਜੀ ਅਸੀਂ ਫੜ ਲੈਣ ਦੀ ਅਸੀਂ ਕਦੋਂ ਉਹਨਾਂ ਨੂੰ ਰੋਕਿਆ ਵੇ ਹੂੰ ਹੂੰ ਦੇ ਹਿਸ਼ੂ ਗਹਿਲੋਤ ਨੇ ਕਹਿੰਦਾ ਕਹਿੰਦੇ ਵੀ ਤੋਤੋ ਕਹਿੰਦੇ ਫੜ ਲੋ ਤੇ ਅਗਾ ਉਹਨੂੰ ਪਤਾਦਰ ਨੂੰ ਪੂਰੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਇਹ ਜਾਣ ਬੁਝ ਕੇ ਸਾਨੂੰ ਖਰਾਬ ਕਰਦੀ ਹੈ ਹੂੰ ਹੁਣ ਉੱਥੇ ਸਥਿਤੀ ਇਹ ਹੈ ਕਿ ਗੱਲ ਨੂੰ ਤਾਂ ਸ਼ੁਰੂ ਹੋਈ ਸੀ ਤੇ ਗੁਰੂਗ੍ਰਾਮ ਤੱਕ ਜਿੱਦ ਨੂੰ ਆਪਾਂ ਗੜਗਾਉਂ ਕੈਦਨੇ ਉੱਥੋਂ ਤੱਕ ਪਹੁੰਚ ਗਈ ਹੂੰ ਹ ਅੱਗੇ ਪਤਾ ਨਹੀਂ ਰੋहतक ਤੱਕ ਵੀ ਆ ਗਈ ਹੈ ਤੇ ਕਿੱਥੋਂ ਤੱਕ ਇਹਨੂੰ ਅਜੇ ਹੋਰ ਲੈ ਕੇ ਜਾਣਾ ਹੈ ਇਹ ਆਪਦੀ ਆਪਣੀ ਤੁਰਦੀ ਨੂੰ ਤੋਰਿਆ ਜਾਂਦਾ ਤੋਰਿਆ ਜਾ ਰਿਹਾ ਫਾਈਲ ਕਾ ਵਿੱਚ ਵੀ ਇਹ ਤਾਂ ਬੇਦੀ ਭੰਨ ਤੋੜ ਕਰਤੀ ਹਾਂ ਉਹ ਤੁਰਿਆ ਜਾਂਦਾ ਤੋੜਨ ਵਾਲੇ ਜਿਹੜੇ ਬੰਦੇ ਆ ਉਹ ਬੰਦੇ ਉਹ ਆ ਜਿਹੜੇ ਬੰਦਿਆਂ ਨੂੰ ਅਮਨ ਨਹੀਂ ਪਸੰਦ ਜਿਨ੍ਹਾਂ ਨੇ ਇਹਦੇ ਵਿੱਚੋਂ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਅੱਜ ਬੰਦੇ ਵੀ ਆਪਣੇ ਦੋ ਤਿੰਨ ਹੈਗੇ ਆ ਹੈਗੇ ਹੈਗੇ ਸਾਰੇ ਥਾਂ ਤੇ ਹੁਣ ਉਹ ਆ ਕੀ ਕਿ ਜਦੋਂ ਸਾਰਾ ਕੁਝ ਹੋ ਰਿਹਾ ਸੀ ਫਿਰ ਜਿਹੜੇ ਸਿਆਣੇ ਲੋਕ ਆ ਜਿਹੜੇ ਜਿਹੜੇ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਉਹ ਇਕੱਠੇ ਹੋ ਗਏ ਜੀ ਉਹ ਹੋਏ ਉਚਾਣਾ ਪਿੰਡ 'ਚ ਹੂੰ ਉਚਾਣਾ ਪਿੰਡ ਆ ਕਿ ਕਸਬਾ ਹੈ ਕਸਬਾ ਜੀ ਉਸ ਕਸਬੇ 'ਚ ਇਕੱਠੇ ਹੋ ਗਏ ਤੇ ਉੱਥੇ ਫਿਰ ਕਾਫੀ ਉਹ ਕੌਣ ਆ ਸਿਆਣੇ ਲੋਕ ਉਹ ਆ ਖਾ ਪੰਚੇਤਾ ਜੀ ਉਹ ਸਗਰਸ਼ੀਲ ਕਿਸਾਨ ਜਥੇ ਬੰਦੇ ਸਾਰੇ ਇਕੱਠੇ ਹੋ ਗਏ ਜੀ ਤੇ ਇਕੱਠੇ ਹੋ ਕਿਉਂ ਕਹਿੰਦੇ ਜੀ ਹੁਣ ਆਪਾਂ ਕਰਦੇ ਆ ਇਤੇ ਵਿਚਾਰ ਪਟਾਦਰਾ ਤੇ ਉਹਨੇ ਵਿਚਾਰ ਪਟਾਦਰਾ ਨਿਠ ਕੇ ਕੀਤਾ ਹੂੰ ਹੂੰ ਕਹਿੰਦੇ ਵੀ ਇਹਨੂੰ ਅੱਗੇ ਵਿਸ਼ਾਲ ਕੀਤਾ ਜਾਵੇ ਆ ਦੋਕ ਦਿਨਾਂ ਬਾਅਦ ਫਿਰ ਇਹ ਮਾਮਲਾ ਬਾਸਪਿੰਡ ਹੈ ਹੂੰ ਹਿਸਾਰ ਚ ਜੀ ਉੱਥੇ ਹੋਣਾ ਇਕੱਠ ਵੱਡਾ ਇਕੱਠ ਕੋ ਉਦੋਂ ਵੀ ਮਹਾ ਬਜੈਤ ਨਹੀਂ ਪਰ ਜਿਹੜਾ ਉਹਨੇ ਬਿਆਨ ਜਾਰੀ ਕੀਤਾ ਨਾ ਜੀ ਉਹ ਬਿਆਨ ਬੜਾ ਕਮਾਲ ਦਾ ਹੈ ਹੂੰ ਹੂੰ ਉਹ ਕਹਿੰਦੇ ਜੀ ਆਰਐਸਐਸ ਹੂੰ ਬਜਰੰਗ ਦਲ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੜੇ ਲੋਕਾਂ ਦੇ ਵਿੱਚ ਬੰਡੀਆਂ ਪਾਉਂਦੇ ਇਹਨਾਂ ਸਾਰਿਆਂ ਤੇ ਪਾਬੰਦੀ ਲਾਓ ਪਾਬੰਦੀ ਲਾਓ ਬਹੁਤ ਵੱਡੀ ਮੰਗ ਕਰ ਬਹੁਤ ਵੱਡੀ ਮੰਗ ਹੈ ਖਾਪ ਪੰਚਾਇਤਾਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਹੂੰ ਹੂੰ ਉਹ ਕਹਿੰਦੇ ਇਹਨਾਂ ਤੇ ਪਾਬੰਦੀ ਲਾਓ ਇਹ ਲੋਕ ਅਮਨ ਨੂੰ ਅੱਗ ਲਾ ਰਹੇ ਆ ਜੀ ਅਮਨ ਨੂੰ ਅੱਗ ਲਾਉਣ ਵਾਲੇ ਬੰਦਿਆਂ ਦਾ ਕੋਈ ਥਾਂ ਨਹੀਂ ਇੱਥੇ ਹੂੰ ਹੂੰ ਅਗਲੀ ਗੱਲ ਉਹਨੇ ਕਿਹਾ ਕਿ ਡੰਡੇ ਦੇ ਜ਼ੋਰ ਨਾਲ ਅਸੀਂ ਜਿਹੜਾ ਹੈਗਾ ਲੋਕਾਂ ਦੀ ਰਾਖੀ ਕਰਾਂਗੇ ਜੀ ਜੇ ਪਿੰਡਾਂ ਦੇ ਵਿੱਚ ਵੜ ਕੇ ਸ਼ਹਿਰਾਂ ਦੇ ਵਿੱਚ ਵੜ ਕੇ ਤੁਸੀਂ ਕੋਈ ਗੁੰਡਾਗਰਦੀ ਕਰੋਗੇ ਤੇ ਗੁੰਡਾਗਰਦੀ ਚੱਲਣ ਨਹੀਂ ਦੇਣੀ ਅਸੀਂ ਅਸੀਂ ਸਾਰੇ ਹੋਵਾਂਗੇ ਇਕ ਦਾਨੀਅਲ ਜੀ ਸਾਬ ਇਹ ਜਿਹੜਾ ਹੈਗਾ ਸੰਦੇਸ਼ ਬਹੁਤ ਮਜ਼ਬੂਤ ਹੈ ਮਜ਼ਬੂਤ ਹੈ ਇਹ ਸੰਦੇਸ਼ ਕੱਲਾ ਹਰਿਆਣੇ ਵਾਸਤੇ ਨਹੀਂ ਇਹ ਮੇਰੇ ਖਿਆਲ ਮੁਤਾਬਕ ਸਾਰੇ ਦੇਸ਼ ਵਾਸਤੇ ਹੈ ਕਿ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹੈ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਜਦੋਂ ਇਹ ਅਹਿਸਾਸ ਕਰ ਲੈਣ ਜੀ ਕਿ ਆਪਣੀਆਂ ਰੋਟੀਆਂ ਸੇਕਣ ਵਾਸਤੇ ਇਹ ਸਾਡਾ ਲਹੂ ਡਲਵਾਉਂਦੇ ਹੈ ਸਾਡੇ ਪੁੱਤਾਂ ਨੂੰ ਮਰਵਾਉਂਦੇ ਹੈ ਤਾਂ ਉਦੋਂ ਫਿਰ ਇਹਨਾਂ ਚੀਜ਼ਾਂ ਨੂੰ ਠੱਲ ਪੈਂਦੀ ਹੈ ਜੀ ਮੈਂ ਆਪਾਂ ਗੱਲ ਕਰਕੇ ਤੇ ਪੰਜਾਬ ਵਾਲੀ ਗੱਲ ਤੇ ਪੰਜਾਬ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਹੂੰ ਹੂੰ ਕਿ ਉ ਤਾਂ ਕਈ ਵਾਰੀ ਆਪਾਂ ਸਿਆਣੇ ਪੁਰਸ਼ ਵਾਲਿਆਂ ਨਾਲ ਗੱਲ ਕਰ ਲੈਂਦੇ ਉਹ ਕਹਿੰਦੇ ਜੀ ਵੈਸੇ ਤਾਂ ਗੱਲ ਅਮਨ ਕਾਨੂੰਨ ਵਾਸਤੇ ਠੀਕ ਨਹੀਂ ਜੀ ਜਦੋਂ ਪੁਲਿਸ ਵਾਲਿਆਂ ਨੂੰ ਵੀ ਲੋਕ ਕੁੱਟਣ ਲੱਗ ਜਾਂਨ ਕਿਉਂਕਿ ਹੁਣ ਲੋਕ ਪੁਰਸ਼ 'ਤੇ ਵੀ ਸ਼ੱਕ ਕਰਨ ਲੱਗੇ ਜੀ ਉਹਨਾਂ ਨੂੰ ਵੀ ਘੇਰ ਲੈਂਦੇ ਆ ਸਵਾਲ ਕਰਦੇ ਹੂੰ ਹੂੰ ਪਰ ਮਹਰੀਆ ਜੀ ਕੀ ਇੱਕ ਇੰਸਪੈਕਟਰ ਨਾਲ ਪੁਰਸ਼ ਵਾਲਿਆਂ ਨਾਲ ਗੱਲ ਉਹਦੀ ਬਾਕੀ ਕਹਿੰਦੇ ਜੀ ਗੱਲ ਗੱਲਾਂ ਦੋਨੋਂ ਹੀ ਠੀਕ ਹੈ ਜੀ ਅਸੀਂ ਵੀ ਕਾਨੂੰਨ ਮੁਤਾਬਕ ਇਹ ਚਾਹੁੰਦੇ ਕਿ ਕਾਨੂੰਨ ਨੂੰ ਕੋਈ ਆਪਦੇ ਹੱਥ ਚ ਲੈ ਲਵੇ ਪਰ ਕਹਿੰਦੇ ਜਿਹੜੇ ਲੋਕ ਵੀ ਹੁਣ ਕੀ ਕਰਨ ਉਹ ਕਹਿੰਦੇ ਵੀ ਜਦੋਂ ਹੋਰ ਕੋਈ ਕਾਨੂੰਨ ਕੁਝ ਕਰਦਾ ਹੀ ਨਹੀਂ ਤੇ ਫਿਰ ਉਹ ਬਾਈ ਤੇ ਫਿਰ ਉਹ ਆਪ ਦੇ ਵਾਲਾ ਕਾਨੂੰਨ ਕੱਢ ਲੈਂਦੇ ਹੁਣ ਮੇਰੇ ਖਿਆਲ ਮੁਤਾਬਕ ਵੀ ਪੰਜਾਬ ਦੇ ਵਿੱਚ ਜਿਵੇਂ ਨਸ਼ੇ ਵਾਲਿਆਂ ਨੂੰ ਕਾਬੂ ਕਰਨ ਵਾਸਤੇ ਲੋਕਾਂ ਨੇ ਕਾਨੂੰਨ ਆਪ ਦਾ ਆਪ ਦੇ ਆਪ ਬਣਾਇਆ ਤੇ ਉਹਨੂੰ ਉਹਦੇ ਮੁਤਾਬਕ ਉਹਨਾਂ ਨੇ ਚੱਲਣ ਦਾ ਫੈਸਲਾ ਕਰ ਲਿਆ ਹਰਿਆਣਾ ਦੇ ਵਿੱਚ ਫੋਰਸ ਦੀ ਥਾਂ ਦੇ ਉੱਤੇ ਸ਼ਾਸਨ ਦੀ ਥਾਂ ਦੇ ਉੱਤੇ ਪ੍ਰਸ਼ਾਸਨ ਦੀ ਥਾਂ ਦਿੱਤੇ ਜੀ ਖਾਪ ਪੰਚਾਇਤਾਂ ਨੇ ਜਿਹੜਾ ਇਹ ਮਤਲਬ ਹੌਸਲਾ ਕੀਤਾ ਹੌਸਲਾ ਕੀਤਾ ਤੇ ਜਿਹੜੀ ਉਹਨਾਂ ਨੇ ਇੱਕ ਇੱਕ ਫੈਸਲਾ ਕੀਤਾ ਇਹ ਫੈਸਲੇ ਤੋਂ ਬਾਅਦ ਮੈਨੂੰ ਲੱਗਦਾ ਇਹ ਹੈ ਜੀ ਕਿ ਹਰਿਆਣੇ ਦੇ ਵਿੱਚ ਜਿੰਨਾ ਕਿ ਨੁਕਸਾਨ ਹੋ ਗਿਆ ਹੋ ਗਿਆ ਹੁਣ ਸ਼ਾਇਦ ਇਸ ਤੋਂ ਬਾਅਦ ਨੁਕਸਾਨ ਨਾ ਹੋਵੇ ਨਾ ਹੋਣਾ ਮੈਨੂੰ ਤਾਂ ਲੱਗਦਾ ਨਹੀਂ ਢਿਲਰ ਸਾਹਿਬ ਜਿਹੜਾ ਬਲਡੋਜ਼ਰ ਚੱਲੀ ਜਾਂਦੇ ਐ ਜਿਹਦਾ ਥੋੜਾ ਮੋਟਾ ਹੁਣ ਕਿਵੇਂ ਦਿਸਣ ਲੱਗ ਪਿਆ ਵੀ ਨਜਾਇਜ਼ ਸਾਰੀਆਂ ਕੇਸ ਹੋਟਲ ਦੇ ਵਿੱਚੋਂ ਦੀ ਪੱਥਰ ਵੱਜੇ ਸੀ ਪੰਜ ਮੰਜ਼ਲਾ ਹੋਟਲ ਢਹਿ ਢੇਰੀ ਕਰਤਾ ਕਿਸੇ ਦੀ ਕੀ ਕਹਿੰਦੇ ਝੁੱਗੀ ਢਾਤੀ ਕਿਸੇ ਦਾ ਮਕਾਨ ਢਾਤਾ ਉਹ ਵਿਚਾਰੇ ਇੱਕ ਖੇਤ ਚ ਘਰ ਪਾਈ ਬੈਠਾ ਸੀ ਉਹ ਟਾਤਾ ਇਹ ਕੀ ਫਿਰ ਹਿਟਲਰशाही ਆ ਪਹਿਲਾਂ ਕਹਿੰਦੇ ਯੋਗੀ ਕੇ ਪਦ ਚਨੋਂ ਪੇ ਖੱਟੜ ਨਹੀਂ ਗੱਲ ਤਾਂ ਇਹ ਆ ਨਾ ਜਦੋਂ ਤੁਸੀਂ ਕਿਸੇ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਹੈ ਤੇ ਆਪਣੀ ਪੰਜਾਬੀ ਦੀ ਕਹਾਵਤ ਆ ਵੀ ਖਾਂਦੇ ਦੀ ਦਾੜੀ ਹਿੱਲਦੀ ਤਾਂ ਹਿੱਲੂਗੀ ਜੀ ਜੀ ਜੇ ਬੰਦਾ ਮੂੰਹ ਨਾਲ ਖਾਊਗਾ ਬੁਰਕੀ ਚੱਪੂਗਾ ਤਾਂ ਉਹਦੇ ਨਾਲ ਜਵਾੜੇ ਹਲਣਗੇ ਤੇ ਉਹਦੇ ਜਿਹੜੀ ਜਿਹੜੇ ਦਿੱਤੇ ਦਾੜੀ ਉਹ ਵੀ ਹੱਲੀ ਆਲੂਗੀ ਬਿਲਕੁਲ ਮੇਰੇ ਖਿਆਲ ਮੁਤਾਬਕ ਜੇ ਇਹ ਦੇਖਣਾ ਹੋਵੇ ਤਾਂ ਸਾਰਾ ਭਾਰਤ ਦਾ ਜਿਹੜਾ ਹੈਗਾ 90% ਜਿਹੜਾ ਹਿੱਸਾ ਹੈ ਉਹ ਉਹਦੇ ਵਿੱਚ ਜਿਹੜੀਆਂ ਉਹ ਸਾਰੀਆਂ ਹੋਈਆਂ ਉਹ ਉਹ ਸਾਰੀਆਂ ਗੈਰਕਾਨੂੰਨੀ ਹੈ ਹੂੰ ਹੂੰ ਥਾਂ ਚ ਭਾਵੇਂ ਅਗਲੇ ਨੇ ਆਪਦੇ ਚ ਪਾਵੇ ਨਕਸ਼ਾ ਕਿ ਨਹੀਂ ਪਾਸ ਕਰਵਾ ਨਕਸ਼ਾ ਜੀ ਨੇ ਅੱਧੀ ਦਿੱਲੀ ਗੈਰਕਾਨੂੰਨੀ ਹੈ ਅੱਧੀ ਦਿੱਲੀ ਨਹੀਂ ਅੱਧੀ ਤੁਸੀਂ ਅੱਧੀ ਦਿੱਲੀ ਦੇਖ ਲਓ ਤੁਸੀਂ ਚੰਡੀਗੜ੍ਹ ਦੇਖ ਲਓ ਹੂੰ ਹੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਪ੍ਰੋਟੋਕੋਲ ਦੇ ਮੁਤਾਬਕ ਤੁਸੀਂ ਪਸ਼ੂ ਨਹੀਂ ਰੱਖ ਸਕਦੇ ਜੀ ਪਰ ਸਹੀ ਇਹ ਦੇਖਿਆ ਜਦੋਂ ਪਪੂਲਰ ਸਰਕਾਰਾਂ ਹੁੰਦੀਆਂ ਸੀ ਹਾਂ ਹਾਂ ਪਿਛਲੀਆਂ ਕਾਲੀਆਂ ਦੀਆਂ ਤੇ ਕਾਂਗਰਸੀ ਨੇ ਮੱਜਾ ਰੱਖੀ ਫਿਰਨ ਮੱਜਾ ਰੱਖੀ ਬੈਠੇ ਸੀ ਇਹ 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 ਨਾ ਨਾ ਕਹੋ ਤੁਸੀਂ ਜਿੱਥੇ ਮਰਜ਼ੀ ਆ ਕਹਿਣੋ ਮੈਂ ਕਹਿੰਦਾ ਜਿਹੜੀ ਮਰਜ਼ੀ ਸੜਕ ਤੇ ਤੁਰ ਲੋ ਲਓ ਜੀ ਤੁਸੀਂ ਗੱਲ ਕਰੋ ਐਸਐਸਪੀ ਬਠਿੰਡਾ ਦੀ ਕੋਠੀ ਹੈ ਜੀ ਇਹਦੀ ਲੈ ਲਓ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲੈ ਲਓ ਵੈਸੇ ਸਾਡੇ ਕੋਲ ਲਈ ਪਈ ਹੈ ਇਨਫੋਰਮੇਸ਼ਨ ਹੂੰ ਹੂੰ ਇਹਦੇ ਵਿੱਚ ਜਿਹੜੀ ਹੈਗੀ ਹੈ ਇੱਕ ਵੀ ਇੱਟ ਦੀ ਉਸਾਰੀ ਨਹੀਂ ਹੋ ਸਕਦੀ ਪੀਡਬਲੂਡੀ ਦੀ ਪ੍ਰਵਾਨਗੀ ਤੋਂ ਬਗੈਰ ਜੀ ਲੇਕਿਨ ਤਿੰਨ ਚਾਰ ਕਮਰੇ ਪਾਤੇ ਅੰਦਰ ਹੂੰ ਹੂੰ ਉਹ ਬਗੈਰ ਪਰਵਾਨਗੀ ਤੋਂ ਪਾਤੀ ਜੀ ਸਤ ਤੱਕੜੇ ਦਾ ਸੱਤੀ ਵੀ ਹੀ 100 ਆ ਬਠਿੰਡੇ ਦੇਖ ਲਓ ਇੱਕ ਉਹ ਧਾਰਮਿਕ ਸੰਸਥਾ ਦਾ ਪ੍ਰਧਾਨ ਆ ਜਿਹੜਾ ਉਹ ਰਾਤ ਨੂੰ ਹੀ ਕੀ ਕਹਿੰਦੇ ਆਪ ਹੀ ਸਿਆਣੀ ਉਮਰ ਦੇ ਵਿੱਚ ਕਿਰਾਏ ਵਾਲਿਆਂ ਦੀਆਂ ਮਕਾਨ ਢਾਈ ਜਾਂਦਾ ਤੇ ਏ ਬੋਰ ਉਹਦੇ ਨੋਟਿਸ ਵੀ ਲਾਤਾ ਤੇ ਉਹ ਸਾਰੀ ਹਜੇ ਵੀ ਸੜਕ ਤੇ ਕਰੀ ਜਾਂਦਾ ਦੱਸੋ ਨਹੀਂ ਉਹ ਤਾਂ ਸਾਰੇ ਕੁਝ ਕਰੀ ਜਾਂਦੇ ਜਿੰਨੇ ਬੰਦੇ ਨੇ ਬਿਠੰਡੇ ਦੇ ਵਿੱਚ ਨਜਾਇਜ਼ ਸਾਰੀਆਂ ਕੀਤੀਆਂ ਇੱਥੋਂ ਦੇ ਕੇ ਤਰਕੀਆਂ ਉਹਨਾਂ ਨੂੰ ਉਹ ਜਾ ਕੇ ਲੋਕਲ ਬਾਡੀ ਦੇ ਹੈਡਕ quarters ਤੇ ਬਾਹਰ ਹੈਡਕ quarters ਤੇ ਬਿਠਾਤਾ ਉਹ ਕਹਿੰਦੇ ਤੁਹਾਡੀ ਲੋੜ ਇੱਥੇ ਹੈ ਜੀ ਹੂੰ ਹੂੰ ਇਹ ਦੱਸ ਦਿਓ ਤੁਸੀਂ ਰਾਹ ਪਾਉਣੇ ਤੁਸੀਂ ਰਾਹ ਪਾਉਣੇ ਵੀ ਕਮਾਈ ਕਿਵੇਂ ਹੁੰਦੀ ਹੈ ਉਹ ਸਾਰੇ ਉੱਥੇ ਬਾਹਰ ਤੇ ਜਾ ਕੇ ਤੇ ਇਹੀ ਹੈ ਜੀ ਇਹਦਾ ਮਤਲਬ ਹੈ ਕਿ ਜਿਹੜੇ ਬੰਦੇ ਨੇ ਕਾਨੂੰਨ ਹੱਥ ਚ ਲੈ ਆ ਜੀ ਕਾਨੂੰਨ ਹੱਥ ਚ ਲੈਣ ਦਾ ਜਿਹੜਾ ਜੁਰਮ ਬੰਦਾ ਉਹਦੇ ਤੇ ਉਹ ਮੁਕਦਮਾ ਚਲਾਓ ਹੂੰ ਹੂੰ ਸਜਾਉ ਨੂੰ ਦੇ ਬੇਦਾਲਤ ਜੀ ਇਹ ਖੱਟੜ ਨੂੰ ਜਾਂ ਭਗਵੰਤ ਮਾਨ ਨੂੰ ਜਾਂ ਆਪਾਂ ਕਹਿ ਦਈਏ ਕਿਸੇ ਨੂੰ ਹੋਰ ਨੂੰ ਉਹਨੂੰ ਇਹ ਕੀ ਇਖਤਿਆਰ ਹੈ ਵੀ ਉਹ ਕਿਸੇ ਦਾ ਘਰ ਕਟਾ ਦੇ ਕਿਸੇ ਦਾ ਘਰ ਟਾਉਣ ਦੀ ਤਾਂ ਕਿਸੇ ਉੱਪਰ ਹੈ ਹੀ ਨਹੀਂ ਤੇ ਜੇ ਤੁਸੀਂ ਘਰ ਟਾਉਣ ਵਾਲੀ ਗੱਲ ਕਰ ਰਹੇ ਹੋ ਤਾਂ ਫਿਰ ਵੇਖੋ ਕਿੰਨੀਆਂ ਕਲੋਨੀਆਂ ਹੂੰ ਜਿੰਨੀਆਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਕਲੋਨੀਆਂ ਬੜੀਆਂ ਹੋਈਆਂ ਕਿਹੜੀਆਂ ਕਲੋਨੀਆਂ ਜਿਹੜੀਆਂ ਨਿਯਮਾਂ ਦੇ ਮਤਲਬ ਠੀਕ ਚੱਲਦੀਆਂ ਕੀ ਦੇ ਵਿੱਚ ਪਾਣੀ ਦਾ ਪ੍ਰਾਪਰ ਪ੍ਰਬੰਧ ਹੈ ਮੈਂ ਇੱਕੋ ਹੀ ਗੱਲ ਕਹਿਣਾ ਜੀ ਜਿੱਥੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਹੂੰ ਸੰਗਰੂਰ ਦੀ ਜਿਸ ਕਲੋਨੀ ਦੇ ਵਿੱਚ ਕਿਰਾਏ ਤੇ ਰਹਿੰਦੇ ਅੱਜ ਤੱਕ ਬਿਜਲੀ ਦਾ ਉੱਥੇ ਪ੍ਰੋਬਲਮ ਆਈ ਵੀ ਹੈ ਪ੍ਰੋਬਲਮ ਆਈ ਵੀ ਹੈ ਜਿੱਥੇ ਮੁੱਖ ਮੰਤਰੀ ਦਾ ਘਰ ਹੈ ਜੀ ਉੱਥੇ ਦੀ ਜਿਹੜੀ ਪ੍ਰਾਈ ਦੱਸੋ ਕਿ ਹੋਰ ਤਾਂ ਕਿ ਕਿ ਹੋਰ ਕਰੋਗੇ ਕਿ ਤੁਸੀਂ ਕਿਤੇ ਵੀ ਕੋਈ ਵੀ ਕਰੋ ਇਹ ਹਰ ਨੰਬਰ ਜਿਹੜਾ ਸਭ ਕੁਝ ਜਿਹੜਾ ਹੈਗਾ ਦਿਨੂ ਮਰਦੀ ਟਾ ਲੋ ਕਹ ਦੇ ਭਾਈ ਤੇਰੀ ਇਹ ਗੈਰਕਾਨੂੰਨੀ ਹੈ ਪਰ ਜਿਹੜਾ ਅਮੀਰ ਆਦਮੀ ਹੈ ਉਹਦਾ ਧਰਮ ਕੁਝ ਵੀ ਹੋਵੇ ਹੁਣ ਤੁਸੀਂ ਇਹ ਦੇਖੋ ਹਸ ਵੇਲੇ ਜਿਹੜਾ ਸਭ ਤੋਂ ਵੱਡਾ ਚੈਨਲ ਹੈ ਜੀ ਜਿਹਦਾ ਸਭ ਤੋਂ ਵੱਡਾ ਨਾਮ ਆਉਂਦਾ ਜਾਂ ਇੰਡਸਟਰੀਲਿਸਟਾਂ ਦੇ ਵਿੱਚ ਉਹ ਅੰਬਾਨੀ ਹੈ ਅੰਬਾਨੀ ਹੈ ਅੰਬਾਨੀਆਂ ਦਾ ਜਿਹੜਾ ਨਿਊ 18 ਚੈਨਲ ਹੈ ਮੈਨੂੰ ਹੁਣ ਨਾਲ ਇਹਦੇ ਵਿੱਚ ਕੋਈ ਹਰਜ ਨਹੀਂ ਉਹ ਪੰਜਾਬ ਦਾ ਜਦੋਂ ਅੰਦੋਲਨ ਚੱਲਦਾ ਸੀ ਉਸ ਵੇਲੇ ਆਪਣੈ ਦੇ ਤੋਂ ਕਿਸਾਨ ਅੰਦੋਲਨ ਚੱਲਦਾ ਸੀ ਉਹ ਉਦੋਂ ਕਿਸਾਨ ਅੰਦੋਲਨ ਦੇ ਖਿਲਾਫ ਸੀ ਉਹਨੂੰ ਖਾਲਸਤਾਨੀ ਅੰਦੋਲਨ ਕਹਿੰਦੇ ਅੰਦੋਲਨ ਕਹਿੰਦੇ ਸੀ ਠੀਕ ਹੈ ਹੁਣ ਜਿਹੜਾ ਹੈਗਾ ਹਰਿਆਣੇ ਵਾਲਾ ਮਾਮਲਾ ਉਹਨੂੰ ਪੂਰੀ ਤੁਖਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੱਕੀ ਚੱਲਦੇ ਪੂਰੀ ਪੱਕੀ ਚੱਲਦੇ ਵੀ ਅੱਗ ਵੱਧਦੀ ਰਵੇ ਦੁਬਈ ਜਿਹੜਾ ਹੈਗਾ ਉਹ ਇਸਲਾਮ ਕੰਟਰੀ ਹੈ ਬਿਲਕੁਲ ਡੈਮੋਕਰੇਟਿਕ ਕੰਟਰੀ ਹੈ ਨਹੀਂ ਕਹਿੰਦੇ ਜੀ ਅੰਬਾਨੀ ਪਰਿਵਾਰ ਨੇ ਤਾਂ ਉੱਥੇ ਵੀ ਬੰਗਲਾ ਖਰੀਦ ਲਿਆ ਉੱਥੇ ਵੀ ਖਰੀਦ ਲਿਆ ਲੰਡਨ ਚ ਵੀ ਬੰਗਲਾ ਖਰੀਦ ਲਿਆ ਉਨਾ ਦੇ ਕੋਈ ਕੋਈ ਕਹਿੰਦਾ ਕਾਨੂੰਨੀ ਲਾਗੂ ਹੁੰਦਾ ਨਾ ਉਹ ਕਿਉਂਕਿ ਉਹ 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 ਵੱਡੇ ਬੰਦੇ ਐ ਹਮੇਸ਼ਾ ਜਿਹੜਾ ਹੈਗਾ ਕੈਦਾ ਕਾਨੂੰਨ ਕੋਈ ਲਾਗੂ ਕਰਨਾ ਦਾ ਗਰੀਬਾਂ ਤੇ ਹੁੰਦਾ ਹੈ ਬਿਲਕੁਲ ਗਰੀਬਾਂ ਦੀ ਉਹ ਜਿਹੜਾ ਹੁੰਦਾ ਚੁਗੀਆਂ ਦਾ ਉਹ ਜਿਹੜਾ ਹੋਊਗਾ ਮੈਂ ਕਹਿੰਦੇ ਮਹਿਲ ਤਾਂ ਟੈਦਾ ਦਿੱਤੀ ਇਹਨਾਂ ਚਲੋ ਸਭ ਤੁਹਾਡੇ ਨਾਲ ਇਸ ਗੱਲ ਤੇ ਬੜਾ ਸਹਿਮਤ ਹਾਂ ਮੈਂ ਪਾਕਿਸਤਾਨ ਗਿਆ ਮੇਰਾ ਉੱਥੇ ਦੋਸਤ ਸੀ ਬੜਾ ਮਲਟੀ ਮਿਲੀਅਨਰ ਉਹ ਵਿਚਾਰਾ ਬਾਅਦ ਚ ਪ੍ਰਾਪਰਟੀ ਦੇ ਚੱਕਰ ਚ ਮਾਰ ਵੀ ਦਿੱਤਾ ਸੀ ਹਾਂਜੀ ਮੈਂ ਉਹਨੂੰ ਪੁੱਛਿਆ ਵੀ ਮੈਂ ਵੇਖਿਆ ਵੀ ਫੈਸ਼ਨ ਦੇ ਪੱਖੋਂ ਤਾਂ ਲਾਹੌਰ ਤਾਂ ਬਹੁਤ ਅੱਗੇ ਐ ਮੈਂ ਕਹਿੰਦੀ ਬੁਰਕਾ ਕੌਣ ਪਾਉ ਬਸ ਗਰੀਬ ਹੀ ਪਾਉਂਦੇ ਆ ਕਹਿੰਦਾ ਧਰਮ ਵੀ ਗਰੀਬ ਦਾ ਹੀ ਐ ਦੂਜਾ ਤਾਂ ਕੋਈ ਨਹੀਂ ਪਾਉਂਦਾ ਤੇ ਹੁਣ ਆ ਦੇਖ ਲੋ ਚੰਡੀਗੜ੍ਹ ਵਾਲਾ ਥਾਣੇਦਾਰ ਮੈਂ ਐਸਐਸਪੀ ਸਾਹਿਬ ਦੀ ਆਪਣੇ ਕੀ ਨਾ ਬੀਬੀ ਕਮਲਜੀਤ ਕੌਰ ਹਾਂ ਉਹਦਾ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਜੀ ਇਹ ਜਿਹੜਾ ਥਾਣੇਦਾਰ ਸੀ ਪਹਿਲਾਂ ਵੀ ਡਿਸਮਿਸ ਹੋ ਚੁੱਕਿਆ ਸੀ ਤੇ ਹੁਣ ਵੀ ਕਰਤਾ ਜੇ ਪਹਿਲਾਂ ਡਿਸਮਿਸ ਹੋਇਆ ਬਲਾਤਕਾਰ ਦੇ ਮਾਮਲੇ ਦੇ ਵਿੱਚ ਉਹ ਬਾਹਲ ਕਿਵੇਂ ਹੋ ਗਿਆ ਬਈ ਤੇ ਹੁਣ ਫੇਰ ਡਿਸਮਿਸ ਕਰਤਾ ਕਰੋੜ ਰੁਪਏ ਲੁੱਟ ਲਿਆ ਹੁਣ ਫੇਰ ਬਾਹਲ ਹੋ ਜਾਊਗਾ ਉਹੀ ਹੈ ਨਾ ਬੀਬੀ ਵਿਚਾਰੀ ਕਮਰਜੀਤ ਕੌਰ ਕੀ ਕਰੇ ਹਾਂ ਉਹਨੇ ਤਾਂ ਸੱਚੀ ਗੱਲ ਦੱਸਦੀ ਕਿ ਭਾਈ ਮੈਂ ਇਥੋਂ ਪਹਿਲਾਂ ਵੀ ਇਹ ਡਿਸਮਿਸ ਕਰਤਾ ਸੀ ਬਲਾਤਕਾਰ ਦਾ ਕੇਸ ਸੀ ਬਲਾਤਕਾਰ ਦਾ ਕੇਸ ਸੀ ਉਹ ਫਿਰ ਬਹਾਲ ਹੋ ਗਿਆ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਸਾਫਤਾ ਉਹਨੇ ਕੁਝ ਝਾੜਿਆ ਹੋਊਗਾ ਉੱਥੇ ਝਾੜ ਕੇ ਤੇ ਉਹ ਝਾਲਾ ਝੂੜਾ ਕਰਕੇ ਆਪਦਾ ਆ ਗਿਆ ਆ ਗਿਆ ਫਿਰ ਉਹ ਬਹਾਲ ਹੋ ਗਿਆ ਕਮਰਜੀਤ ਕੌਰ ਨੇ ਉਹਨੂੰ ਫਿਰ ਡਿਸਮਿਸ ਕਰਤਾ ਹਾਲਾਂਕਿ ਕਿ ਪਰ ਗਲਤਾ ਪ੍ਰਾਣੀ ਹੋਗੀ ਕੋਈ ਅਜਿਹੀ ਨਹੀਂ ਹੈ ਡਿਸਮਿਸ ਕਰਤਾ ਉਹਨੂੰ ਪਤਾ ਹੈ ਕਿ ਜਿਹੜੇ ਜੇ ਇੱਕ 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 ਆਂਡਾ ਗੜਿਆ ਹੋਵੇ ਸੜਿਆ ਹੋਵੇ ਸਾਰੀ ਟ੍ਰੇਨ ਨੂੰ ਸਾੜ ਦਿੰਦਾ ਸਾੜੋ ਕੱਢ ਕੇ ਪਾਸੇ ਮਾਰੋ ਇਹਨੂੰ ਪਾਸੇ ਕਰੋ ਮੈਡੀਕਲ ਜਿਹੜੀ ਹੈਗੀ ਹੈ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਜੇ ਤੁਹਾਡੇ ਜਿਸਮ ਦਾ ਕੋਈ ਅੰਗ ਗੈਂਗਰੀਨ ਹੋ ਰਿਹਾ ਹੈ ਉਹਨੂੰ ਵੱਢ ਦਿਓ ਗੈਂਗਰੀਨ ਹੋ ਰਿਹਾ ਹੈ ਉਹਨੂੰ ਵੱਢ ਦਿਓ ਬਜਾਏ ਇਹ ਦੇ ਕਿ ਸਾਰਾ ਸਰੀਰ ਖਰਾਬ ਹੋਵੇ ਉਹਨੇ ਕਹਨੂੰ ਵੱਢ ਕੇ ਪਰੇ ਮਾਰੋ ਚਲਾ ਕੇ ਇਹ ਇਹ ਉਹ ਉਹਨੇ ਤਾਂ ਵਿਚਾਰੀ ਨੇ ਕੋਸ਼ਿਸ਼ ਉਹ ਕੀਤੀ ਹੈ ਪਰ ਗੱਲ ਇਹ ਹੈ ਜਾਨਿਆੜਿਆ ਸਾਹਿਬ ਉਤੋਂ ਬਾਅਦ ਫਿਰ ਕੀ ਹੋਊਗਾ ਉਦੋਂ ਤੇ ਬਹੁਤ ਕੁਝ ਬੈਠਾ ਹੈ ਹਾਂ ਹਾਂ ਅੱਜ ਚਾਰ ਦਿਨ ਪਹਿਲਾਂ ਹੀ ਹਾਂ ਖਬਰ ਆਈ ਸੀ ਕਿ ਵੀ ਸਾਡੇ ਜਿਹੜੇ ਸਾਬਕਾ ਚੰਡੀਗੜ੍ਹ ਦੇ ਐਸਐਸਪੀ ਸਾਹਿਬ ਸੀ ਅੱਜਕੱਲ੍ਹ ਦਿਲੰਦਰ ਦੇ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਸੀਬੀਆਈ ਨੇ ਪੁੱਛਗਿੱਛ ਪੜਤਾਲ ਕੀਤੀ ਉਹ ਪੁੱਛਗਿੱਛ ਪੜਤਾਲ ਕਿਉਂ ਕੀਤੀ ਕਿਉਂਕਿ ਗਵਰਨਰ ਸਾਹਿਬ ਨੇ ਇੱਥੇ ਪੰਜਾਬ ਵਾਲਿਆਂ ਨੂੰ ਕਿਹਾ ਸੀ ਭਾਈ ਤੁਸੀਂ ਪੜਤਾਲ ਕਰਵਾ ਲਓ ਇਹਨਾਂ ਨੇ ਨਹੀਂ ਕਰਵਾਈ ਉਹਨਾਂ ਨੇ ਸੀਬੀਆਈ ਨੂੰ ਭੇਜੀ ਸੀਬੀਆਈ ਪੰਜਾਬ 'ਚ ਨਹੀਂ ਆ ਸਕਦੀ ਚੰਡੀਗੜ੍ਹ ਜਿੱਥੇ ਸੀ ਸੀਬੀਆਈ ਦੀ ਡਾਇਰੈਕਟਰੀ ਹੈ ਉਹਨਾਂ ਨੇ ਸਾਥ ਲਿਆ ਹਾਂ ਹਾਂ ਉਹ ਕਹਿੰਦੇ ਚਾਹਤ ਅੱਲਾਹ ਦੇਉ ਜੀ ਲੈ ਖੱਚੂ ਕੋਈ ਚੱਲਦਾ ਰਹਿੰਦਾ ਹੈ ਜੀ ਇਹ ਪੁਲਿਸ ਦੀਆਂ ਕਹਾਣੀਆਂ ਵੀ ਟੱਲੋ ਸਾ ਬਖਰੀਆਂ ਹੀ ਨੇ ਅਦਾਲਤਾਂ ਕਹਿੰਦੇ ਬਰੀ ਕਰ ਦਿੰਦੀਆਂ ਪੁਲਿਸ ਕਹਿੰਦੀ ਭਾਈ ਸਾਡੇ ਕਾਗਜ਼ਾਂ 'ਚ ਤਾਂ ਤੂੰ ਬਰੀ ਨਹੀਂ ਦੱਸੋ ਹੁਣ ਪੁਲਿਸ ਕਹਿੰਦੀ ਹੈ ਅਦਾਲਤੋਂ ਐਸੀ ਵੱਡੇ ਆ ਬਣਨ ਲਈਆਂ ਬਾਹਾਂ ਬਰੀ ਬੰਦੇ ਦੀਆਂ ਨਹੀਂ ਉਹ ਅਸਲ ਦੇ ਵਿੱਚ ਗੱਲ ਇਹ ਕਿ ਆ ਕਿ ਪੁਰਸ਼ ਦਾ ਜਿਹੜਾ ਹੈ ਨਾ ਬਾਬਾ ਆਦਮ ਬੜਾ ਨਰਾਲਾ ਹੋ ਗਿਆ ਜੀ ਜਦ ਲਈ ਸਭ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਨਾ ਹੂੰ ਹੂੰ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਪੁਲਿਸ ਨਹੀਂ ਹੁੰਦੀ ਸੀ ਅੱਛਾ ਜੀ ਪਹਿਲਾਂ ਤਾਂ ਜੀ ਦਾ ਜੀ ਦਾ ਹੁੰਦਾ ਸੀ ਹਸਾਬ ਕਿਤਾਬ ਦਾ ਉਹ ਬੰਦਾ ਡਾਂਗੂ ਜੱਥਾ ਹੁੰਦਾ ਸੀ ਹੂੰ ਹੂੰ ਇੱਥੇ ਜਦੋਂ ਡੇਰਾ ਮੁਖੀ ਦਾ ਰੌਲਾ ਪਿਆ ਨਾ ਜੀ ਡੇਰਾ ਮੁਖੀ ਦਾ ਰੌਲਾ ਪਿਆ ਤੇ ਉਦੋਂ ਜੂਨ ਦਾ ਮਹੀਨਾ ਸੀ ਹੂੰ ਫੋਰਸ ਬਾਹਰੋਂ ਬੜੀ ਆ ਗਈ ਜੀ ਤੇ ਆ ਜਿਹੜਾ ਹੁਣ ਨਾਮ ਆਪਣਾ ਆਪਣਾ ਕਚਹਿਰੀ ਕੰਪਲੈਕਸ ਹੈ ਇਹ ਨਹੀਂ ਹੁੰਦਾ ਸੀ ਪੁਰਾਣੀਆਂ ਕਚਹਿਰੀਆਂ ਹੁੰਦੀਆਂ ਸੀ ਹੂੰ ਹੂੰ ਦੁਪਹਿਰ ਦਾ ਮੌਕਾ ਸੀ 1:3 2 ਵਜੇ ਤੇ ਮੈਨੂੰ ਕੋਈ ਕੰਮ ਪੈ ਗਿਆ ਮੈਂ ਉੱਥੇ ਆ ਕੇ ਬਹਿ ਗਿਆ ਪੱਖਾ ਚੱਲੀ ਜਾਂਦਾ ਸੀ ਥਾਂ ਦੇ ਉੱਤੇ ਸੀ ਪੱਖੇ ਹੀ ਥੱਲੇ ਬੈਠੇ ਆ ਜੀ ਇੱਕ ਦੋ ਬੰਦੇ ਮੇਰੇ ਕੋਲੇ ਹੋਰ ਬੈਠੇ ਕਿਚਾਰੀ ਦਾ ਮੁੰਛੀ ਸੀ ਹੂੰ ਹੂੰ ਪਿੰਕਾ ਪਿੰਕਾ ਵਿਚਾਰਾ ਮਰ ਗਿਆ ਹੁਣ ਤੱਕ ਰਿਆ ਨਹੀਂ ਇਸ ਤ ਨੂੰ ਜੀ ਜੀ ਉਹ ਬੈਠਾ ਤੇ ਇੱਕ ਲੰਬਾ ਜਿਹਾ ਸਰਦਾਰ ਆਇਆ ਸਿਵਲ ਡਰੈਸ ਚ ਹੂੰ ਹੂੰ ਦੁਆ ਸਲਾਮ ਕੀਤੀ ਕਹਿੰਦਾ ਜੀ ਮੈਂ ਬੈਠ ਸਕਦਾ ਹੂੰ ਪਹਿਲੀ ਗੱਲ ਤਾਂ ਮੈਨੂੰ ਬੜੀ ਹੈਰਾਨੀ ਹੋਈ ਯਾਰ ਵੀ ਕੁਰਸੀ ਪਈ ਐ ਖਾਲੀ ਤੇ ਬੰਦੇ ਨੇ ਪੁੱਛਿਆ ਕਿ ਉਹ ਮੈਂ ਬੈਠ ਸਕਦਾ ਮੈਂ ਕਿਹਾ ਜੀ ਬੈਠੋ ਹੂੰ ਹੂੰ ਤੇ ਮੈਂ ਪੁੱਛਿਆ ਮੈਂ ਕਿ ਪਾਈਸਾਬ ਤੁਸੀਂ ਕਹਿੰਦੇ ਜੀ ਮੈਂ ਪੁਲਿਸ ਇਨਸਪੈਕਟਰ ਆ ਜੀ ਮੈਂ ਕਿਹਾ ਜੀ ਤੁਸੀਂ ਕਿ ਮੈਂ ਜੀ ਡਿਊਟੀ ਤੇ ਆਇਆ ਤੇ ਆਇਆ ਮੈਂ ਹੈਗਾ ਮੁਕਸਰ ਜ਼ਿਲ੍ਹੇ ਤੋਂ ਅ ਮੈਂ ਬੈਠੋ ਜੀ ਬੈਠੋ ਕਿਉਂਕਿ ਪਹਿਲੀ ਗੱਲ ਥਾਣੇਦਾਰ ਜਾਂ ਪੁਲਿਸ ਇੰਸਪੈਕਟਰ ਪੁੱਛੇ ਵੀ ਮੈਂ ਬੈਠ ਸਕਦਾ ਆ ਆਮ ਹਾਲਤ ਤਾਂ ਇਹ ਵੀ ਪਹਿਲਾਂ ਦੋ ਮਾਰਦਾ ਹੱਥੇ ਮੈਨੂੰ ਚੱਕ ਕੇ ਪਰੇ ਮਾਰਦਾ ਵੀ ਤੂੰ ਇੱਥੇ ਕਿਉਂ ਬੈਠਾ ਹੋ ਇੱਥੇ ਮੈਂ ਲੱਤਾਂ ਨਾ ਸਾਲਣੀਆਂ ਜੀ ਤੇ ਪੱਗ ਲਾ ਕੇ ਦੂਜੇ ਪਾਸੇ ਉਹ ਬੈਂਚ ਦੇ ਵਿਚਾਲੇ ਰੱਖਿੰਦਾ ਮੈਂ ਮੈਂ ਬੈਠਣਾ ਮੈਂ ਥਾਣੇਦਾਰ ਆ ਹੂੰ ਹੂੰ ਜਿਹੜਾ ਬੰਦੇ ਦੇ ਵਿੱਚ ਇੰਨੀ ਹਲੀਮੀ ਦੇਖੀ ਤੇ ਮੈਂ ਪਿੰਕੇ ਨੂੰ ਕਹਾਂ ਪਿੰਕੇ ਯਾਰ ਪਾਣੀ ਲੈ ਕੇ ਆ ਜੀ ਉਹ ਠੰਡਾ ਪਾਣੀ ਲੈ ਆ ਜੀ ਇਦਰ ਉਹ ਬਾਥਰੂਮ ਦੇ ਵਿੱਚੋਂ ਪਾਣੀ ਪੂਣੀ ਪਿਆ ਗੱਲਾਂ ਚੱਲਣ ਲੱਗ ਪਈਆਂ ਹੂੰ ਦੇ ਉਹ ਇੰਸਪੈਕਟਰ ਸਾਹਿਬ ਕਹਿੰਦੇ ਅੱਜ ਕੱਲੋ ਡੀਐਸਪੀ ਹੈ ਹੂੰ ਹੂੰ ਤੇ ਇਤਫਾਕ ਨਾਲ ਹੈ ਵੀ ਆਪਣੇ ਜ਼ਿਲ੍ਹੇ 'ਚ ਜੀ ਉਹ ਡੀਐਸਪੀ ਸਾਹਿਬ ਕਹਿੰਦੇ ਜੀ ਵਾਕਈ ਗੱਲ ਠੀਕ ਹੈ ਤੁਸੀਂ ਪੰਜਾਬੀ ਦੀ ਗੱਲ ਕਰਦੇ ਹੋ ਮੈਂ ਵੀ ਪੰਜਾਬੀ ਹਾਂ ਪੰਜਾਬੀ ਇੱਕ ਵੱਖਰੀ ਗੱਲ ਹੈ ਪਰ ਜੇ ਅੰਗਰੇਜ਼ ਇੱਥੇ ਨਾ ਹੁੰਦੇ ਤੇ ਆਪਣੀ ਹਾਲਤ ਕੀ ਹੁੰਦੀ ਜੀ ਮੈਂ ਕਹਾਂ ਜੀ ਕਿਵੇਂ ਹੂੰ ਹੂੰ ਕਹਿੰਦਾ ਵੀ ਨਹਿਰੇ ਅੰਗਰੇਜ਼ਾਂ ਨੇ ਕਢੀਆਂ ਜੀ ਮੈਂ ਕਹਾਂ ਜੀ ਬਿਲਕੁਲ ਹੂੰ ਅ ਰੇਲਵੇ ਲਾਈਨਾਂ ਅੰਗਰੇਜ਼ਾਂ ਨੇ ਬਸ਼ਾਇਂ ਮੈਂ ਕਹਾਂ ਜੀ ਇਹ ਵੀ ਗੱਲ ਠੀਕ ਹੈ ਹੂੰ ਹੂੰ ਅੰਗਰੇਜ਼ੀ ਉਹਨਾਂ ਨੇ ਸਾਨੂੰ ਪੜ੍ਹਾਈ ਅਸੀਂ ਦੁਨੀਆ ਦੇ ਹਾਂ ਦੇ ਬਣੇ ਮ ਕਹਿੰਦੇ ਵੀ ਜੇ ਅੰਗਰੇਜ਼ ਨਾ ਹੁੰਦੇ ਤਾਂ ਸਾਡੀ ਹੈਲਥ ਕੀ ਹੁੰਦੀ ਹੂੰ ਹੂੰ ਮੈਂ ਕਹਾਂ ਜੀ ਹੁਣ ਤੁਸੀਂ ਦੱਸ ਜੋ ਵੀ ਤੁਸੀਂ ਕੀ ਹੈ ਉਹ ਕਹਿੰਦੇ ਵੀ ਸਾਡਾ ਡੀਜੀਪੀ ਹੋਣਾ ਸੀ ਬਾਬਾ ਸੰਤਾ ਸਿਓ ਹਾਂ ਜੀ ਨਿੰਗ ਸਿੰਘ ਨਿੰਗ ਸਿੰਘ ਤੇ ਆ ਜਿਹੜੀਆਂ ਸਾਡੇ ਪ੍ਰੈਸ ਕੀਤੀਆਂ ਵਰਦੀਆਂ ਇਹਨਾਂ ਦੀ ਸਾਡੇ ਪਾਏ ਹੁੰਦੇ ਸਾਡੇ ਚੋਲੇ ਚੋਲੇ ਹੱਥਾਂ ਦੇ ਵਿੱਚ ਫੜੇ ਹੁੰਦੇ ਸਾਡੇ ਨੇਜੇ ਹੂੰ ਹੂੰ ਤੇ ਉੱਠਾਂ ਦੇ ਆ ਜਿਪਸੀਆਂ ਦੀ ਬਜਾਇਆ ਇਹ ਅਸੀਂ ਉੱਠਾਂ ਦੇ ਉੱਤੇ ਚੜੇ ਫਿਰਦੇ ਹੁੰਦੇ ਹੂੰ ਹੂੰ ਤੇ ਵੱਡੇ ਵੱਡੇ ਹੁੰਦੇ ਬੁਰਜ ਹੂੰ ਹੂੰ ਤੇ ਦੋ ਥੋੜੇ ਅਰਗੇ ਲੈਂਦੇ ਉਹਦੇ ਕੜੀਸਕੇ ਲਿਆ ਕੇ ਵੀ ਆ ਲਓ ਜੀ ਮੈਂ ਇਹਨੂੰ ਡੱਕੋ ਜੀ ਬੁਰਜ ਬੁਰਜ ਦੇ ਡੱਕੋ ਤੇ ਉਹਨਾਂ ਨੂੰ ਢੱਕਿਆ ਹੁੰਦਾ ਬੁਰਜ ਆ ਕੁਛ ਹੋਣਾ ਸੀ ਨਾ ਕਹਿੰਦੇ ਕਾਨੂੰਨ ਹੋਣਾ ਸੀ ਨਾ ਲੈਣ ਨਾ ਦੇਣ ਇਹ ਕੈਦਾ ਕਾਨੂੰਨ ਉਹਨਾਂ ਨੇ ਬਣਾਇਆ ਸੀ ਮੈਨੂੰ ਨਹੀਂ ਗੱਲ ਚੱਜੀ ਤੇ ਹੁਣ ਜਦੋਂ ਆਪਾਂ ਦੇਖਦੇ ਆ ਨਾ ਜੀ ਵਿਆਹ ਖਬਰ ਆਪਾਂ ਕਰਾਂਗੇ ਮਗਰੋਂ ਪਹਿਲਾਂ ਤੁਸੀਂ ਦੇਖ ਲਓ ਆਪਾਂ ਆਫਿਸ ਦੀ ਰਿਕਾਰਡਾਂ ਗੱਲਾਂ ਕਰੀ ਜਾਂਦੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਸਾਡੇ ਜਿਹੜੇ ਜਿਹ ਕਠਾਣਾ ਹੈ ਹੂੰ ਉਸ ਥਾਣੇ ਦੇ ਵਿੱਚੋਂ ਕਹਿੰਦੇ ਜੀ ਪਿਸਤੌਲ ਵੀ ਗੁੰਮ ਹੋ ਗਏ ਜੀ ਉਸ ਥਾਣੇ ਦੇ ਵਿੱਚੋਂ ਬੰਦੂਖਾਂ ਵੀ ਗਾਇਬ ਹੋ ਗਈਆਂ ਪੈਸਾ ਵੀ ਗਾਇਬ ਪਹਿਲਾਂ ਵੀ ਬਹੁਤ ਸਾਰੀਆਂ ਗਾਇਬ ਹੋ ਗਈਆਂ ਜੀ ਨਸ਼ਾ ਵੀ ਗਾਇਬ ਹੋ ਗਿਆ ਪੈਸਾ ਵੀ ਗਾਇਬ ਹੋ ਗਿਆ ਬੰਬੂ ਕਾਟ ਵੀ ਗਾਇਬ ਹੋ ਗਿਆ ਸਾਰਾ ਕੁਝ ਹੀ ਗਾਇਬ ਹੋ ਗਿਆ ਹਮਮ ਪਰ Munshi ਉਹੀ ਲੱਗਦਾ ਉਹੀ Munshi ਉਹੀ ਲੱਗਦਾ Munshi ਉਹੀ ਲੱਗਦਾ ਹਮਮ Munshi ਥਾਣੇ ਦੀ ਮਾਂ ਹੁੰਦੀ ਹੈ ਤੇ Munshi ਦੇ ਕੋਲੇ ਹੁੰਦਾ ਸਾਰਾ ਕੰਟਰੋਲ ਜੀ ਲਓ ਜੀ ਹੁਣ ਵੱਡੇ ਵੱਡੇ ਅਫਸਰ ਸਾਹਿਬਾਨ ਨੂੰ SSP ਬਠਿੰਡਾ ਸਾਹਿਬ ਤੋਂ ਲੈ ਕੇ DGP ਸਾਹਿਬ ਸੁੰਨੋ ਹਮਮ ਧਿਆਲਪੁਰਾ ਥਾਣੇ ਦਾ ਜਿਹੜਾ ठाणे ਦਾ ਕੈਂਪ ਹੈ ਉਹ ਆ ਭਗਤਾ ਭਗਤੇ ਦੇ ਵਿੱਚੋਂ ਇੱਕ ਬੰਦੇ ਦਾ ਪਿਸਤੌਲ ਇੱਕ ਥਾਣੇਦਾਰ ਕੋਲੇ ਹੂੰ ਹੂੰ ਅੱਛਾ ਉਹਨੇ ਪਿਸਤੌਲ ਰੱਖਿਆ ਬੈ ਉਹ ਮੰਗਦਾ ਰੁਪਿਆ 5 ਲੱਖ ਹਾਂ ਤੇਰਾ ਪਿਸਤੌਲ ਮੈਂ ਤਾਂ ਦੇਉਂ ਤੇ ਕਈ ਸਾਲ ਹੋ ਗਏ ਦੇ ਕੋਲੇ ਪਿਸਤੌਲ ਲੱਜਾਇਆ ਕਰ ਲੋ ਬਰਾਮਤ ਜੀ ਨਹੀਂ ਕਰਦੇ ਤੇ ਜੇ ਤੁਹਾਡੇ ਕੋਲੇ ਕੋਈ ਕਮੀ ਪੇਸ਼ੀ ਹੈ ਤਾਂ ਰਿਕਾਰਡਿੰਗ ਮੇਰੇ ਕੋਲੇ ਪਈ ਹੈ ਲੈ ਲੋ ਮੈਂ ਤੁਹਾਨੂੰ ਰਿਕਾਰਡਿੰਗ ਦੇ ਦਿੰਦਾ ਕਢਾ ਕਢਾ ਲੋ ਤੋ ਹੂੰ ਹੂੰ ਪਰ ਨਹੀਂ ਉਹ ਨਹੀਂ ਨਿਕਲੂਆ ਕਿਉਂਕਿ ਵੱਡੇ ਬੰਦਿਆਂ ਦੀ ਉਹਦੇ ਤੇ ਸਰਪ੍ਰਸਤੀ ਆਪਣੀ ਕਿਦੀ ਕਿਦੀ ਕੀਨ ਸੇਵਾ ਕੀਤੀ ਆ ਕਿਦੀਆਂ ਕਿਦੀਆਂ ਕੀ ਕਮਜ਼ੋਰੀਆਂ ਹੈਗੀਆਂ ਹੂੰ ਹੂੰ ਹੁਣੇ ਤੁਸੀਂ ਇਹ ਦੇਖੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਜਾਣੇ ਉੱਥੇ ਡੌਡੀ ਰਜਿਸਟਰ ਲੱਗੇ ਹੁੰਦੇ ਸੀ ਰਜਿਸਟਰ A B C D B ਫਲਾਣਾ ਤੇ ਕੰਮ ਕਾ ਹਰ ਰਜਿਸਟਰ ਦੇ ਵਿੱਚ ਕੋਈ ਐਂਟਰੀ ਹੁੰਦੀ ਹੈ ਤੁਹਾਨੂੰ ਪੰਜਾਬ ਦੇ ਬਹੁਤ ਵੱਡੇ ਵੱਡੇ ਜਿਹੜੇ ਮਾਲਖਾਨੇ ਕਿਸੇ ਮਾਲਖਾਨੇ ਦੀ ਜਾ ਕੇ ਤਲਾਸ਼ੀ ਲੈ ਲੋ ਤੁਹਾਨੂੰ ਉਥੋਂ ਕਿਹੜਾ ਮਾਲਖਾਨੇ ਦੇ ਵਿੱਚੋਂ ਸਮਾਨ ਨਹੀਂ ਮਿਲਦਾ ਨਹੀਂ ਨਹੀਂ ਸਮਾਨ ਜਿਹੜਾ ਚੋਰੀ ਹੋਇਆ ਵਾ ਚੋਰੀ ਹੋਇਆ ਹਾਂ ਚੋਰੀ ਹੋਇਆ ਵਾ ਸਮਾਨ ਬਠਿੰਡੇ ਦਾ ਜਿਹੜਾ ਆਪਣਾ ਕਚਹਿਰੀਆਂ ਵਾਲਾ ਵੱਡਾ ਮਾਲਖਾਨਾ ਹੂੰ ਹੂੰ ਉਹਦੀ ਇੱਕ ਵਾਰੀ ਇੱਕ ਸੈਸ਼ਨ ਜੱਜ ਨੇ ਇਨਸਪੈਕਸ਼ਨ ਸ਼ੁਰੂ ਕਰਤੀ ਜੀ ਜਿਹੜੀ ਪਹਿਲੀ ਆਈਟਮ ਹਾਂ ਦਰਜ ਕੀਤੀ ਸੀ ਉਹ ਕਹਿੰਦੇ ਲਿਆਉਂ ਪਹਿਲੀ ਆਈਟਮ ਤੇ ਪਹਿਲੀ ਆਈਟਮ ਨਹੀਂ ਥਾਏ ਤੇ ਸੈਸ਼ਨ ਜੀ ਸਾਹਿਬ ਮੱਥਾ ਟੇਕ ਕੇ ਬਾਹਰ ਹੀ ਤੁਰ ਗਏ ਹਾਂ ਹਾਂ ਬੀਜੋ ਪਹਿਲੀ ਆਈਟਮ ਹੀ ਗਾਇਬ ਸਭ ਕੁਝ ਕਿ ਮਗਰ ਕੀ ਗਾਇਬ ਸਭ ਕੁਝ ਹੀ ਗਾਇਬ ਸਾਰਾ ਕੁਝ ਹੋ ਗਿਆ ਇਹ ਹੁਣ ਸਿਸਟਮ ਹੈ ਨਾ ਜਿਹੜਾ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਅੰਗਰੇਜ਼ਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ 100 ਸਾਲ 200 ਸਾਲੋਂ ਤਾ ਰਹੇ ਹਾਂ ਕਿ ਉਹਨਾਂ ਨੂੰ ਗੁਲਾਮ ਕਰਨ ਦਾ ਤਰੀਕਾ ਕਰ ਆਉਂਦਾ ਸੀ ਉਹਨਾਂ ਨੇ ਸਾਨੂੰ ਬੰਨ ਕੇ ਰੱਖਿਆ ਸੀ ਹਰ ਚੀਜ਼ ਆ ਜਿਹੜੇ ਹੁਣ ਕਹਿੰਦੇ ਦੀ 10 ਨੰਬਰੀਏ 20 ਨੰਬਰੀਏ ਇਹ ਉਹਨਾਂ ਨੇ ਉਸ ਵੇਲੇ ਜਿਹੜੇ ਬਦਮਾਸ਼ ਬੰਦੇ ਸੀ ਉਹਨਾਂ ਦੀ ਨਿਗਰਾਨੀ ਵਾਸਤੇ ਰਜਿਸਟਰ ਲਾਇਆ ਹੋਇਆ ਸੀ ਰਜਿਸਟਰ ਲਾਇਆ ਸੀ ਉਹਦਾ ਦੇਖਦੇ ਸੀ ਕਿ ਬੰਦਾ ਕਿੱਥੇ ਜਾਂਦਾ ਕਿੱਥੇ ਕੀ ਕਾਰਵਾਈ ਕਰਦਾ ਕਰਾਉਂਦਾ ਸਾਡੇ ਤਾਂ ਹੁਣ ਜਿਹੜਾ ਵਿਰੋਧ ਵਾਲਾ ਬੰਦਾ ਉਸੇ ਦਾ ਨਾਂ ਪਾ ਦਿੰਦੇ ਇਹ ਜਿੰਨੀਆਂ ਸਾਰੀਆਂ ਚੀਜ਼ਾਂ ਸੀ ਉਸ ਵੇਲੇ ਦੀਆਂ ਉਹਨਾਂ ਦੀਆਂ ਚੱਲਦੀਆਂ ਸੀ ਰਜਿਸਟਰ ਮੇਨਟੇਨ ਹੁੰਦੇ ਸੀ ਹਰ ਚੀਜ਼ ਮੇਨਟੇਨ ਹੁੰਦੀ ਸੀ ਪਤਾ ਲੱਗਦਾ ਸੀ ਕਿ ਉੱਥੇ ਕੀ ਦੀ ਕੀ ਹੋਈ ਹੈ ਕੌਣ ਬੰਦਾ ਭਗਾਉੜਾ ਹੈ ਕਿਹੜਾ ਬੰਦਾ ਮਕਦਮਾ ਅੱਜ ਐਫ ਆਈ ਆਰ ਦਰਜ ਐਫ ਆਈ ਆਰ ਦਰਜ ਹੋ ਗਈ ਐਫ ਆਈ ਆਰ ਦੇ ਦਾ ਸਾਰ ਨੂੰ ਵੀ ਦਰਜ ਹੋ ਗਈ ਜਿੱਦੇ ਉਹਦਾ ਫੈਸਲਾ ਹੋ ਗਿਆ ਜੀ ਉਸ ਐਫ ਆਈ ਆਰ ਦੇ ਮਗਰ ਲਿਖਿਆ ਹੁੰਦਾ ਕਿ ਅੱਜ ਇਹਦਾ ਫੈਸਲਾ ਹੋ ਗਿਆ ਬੰਦੇ ਨੂੰ ਕੈਦ ਹੋਊਗੀ ਜਾਂ ਬੰਦਾ ਬਰੀ ਹੋਊ ਫਿਰ ਇੱਕ ਰਜਿਸਟਰ ਹੈ ਹਮਮ ਰਜਿਸਟਰ ਦੇ ਵਿੱਚ ਲਿਖਿਆ ਹੁੰਦਾ ਵੀ ਇੰਨੀ ਤਾਰੀਖ ਨੂੰ ਜੁਰਾਇਮ ਦੇਹੀ ਕਹਿੰਦੇ ਆ ਉਹਨੂੰ ਜੀ ਜੁਰਾਇਮ ਦੇਹੀ ਦੇ ਵਿੱਚ ਲਿਖਿਆ ਹੁੰਦਾ ਕਿ ਆ ਮਕਦਮਾ ਦਰਜ ਹੋ ਗਿਆ ਆ ਬੰਦੇ ਦੀ ਗ੍ਰਿਫਤਾਰੀ ਹੋਊਗੀ ਆ ਬੰਦਾ ਜੇ ਗ੍ਰਿਫਤਾਰ ਆਲਾ ਰਹਿੰਦਾ ਚਲਾਨ ਪੇਸ਼ ਹੋ ਗਿਆ ਤੇ ਸਿੱਟਾ ਕੀ ਹੈ ਬਰੀ ਹੋ ਗਿਆ ਜਾਂ ਕੈਦ ਹੋ ਗਿਆ ਹਮਮ ਇਹ ਉਹਨਾਂ ਗੱਲ ਕੀ ਹੋਈ ਕਿ ਦੋ ਬੰਦੇ ਜਿਹੜੇ ਸੀ दारू ਦੇ ਕੇਸ 'ਚ ਫੜ ਲਏ ਮੋਗਾ ਪੁਲਿਸ ਨੇ। ਅੱਛਾ ਜੀ। ਉਹ ਦੋ ਜਿਹੜੇ ਦੋ ਬੰਦੇ ਫੜ ਲਏ ਸੀ ਫੜ ਕੇ ਉਹਨਾਂ ਦਾ ਚਲਾਨ ਕਰਤਾ। ਤੇ ਚਲਾਨ ਕਰਨ ਤੋਂ ਬਾਅਦ ਇੱਕ ਬੰਦਾ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਜੀ ਉਹ ਗੈਰ ਹਾਜ਼ਰ ਹੋ ਗਿਆ। ਅੱਛਾ ਜੀ। ਉਹ ਜਦੋਂ ਗੈਰ ਹਾਜ਼ਰ ਹੋ ਗਿਆ ਹੂੰ ਹੂੰ 22 ਬੋਤਲਾਂ ਸ਼ਰਾਬ ਫੜੀਆਂ ਗਈ ਸੀ। ਜੀ। ਤੇ ਇਹ 14 ਅਕਤੂਬਰ 2020 ਨੂੰ ਫੜੇ ਸੀ ਦੋ ਬੰਦੇ ਸੀ ਕਰਮੂ ਉਰਫ ਬਿੱਕੀ ਬਸਤੀ ਸਾਦਾਵਾਲਾ ਮੋਗਾ। ਤੇ ਦੂਜੇ ਸਾ ਉਹਦਾ ਜਿਹੜਾ ਮਿੱਤਰ ਸੀ ਨਾਲ ਫੜਿਆ ਸੀ ਉਹਦਾ ਨਾਮ ਸੀ ਸ਼ਮੀਰ ਕੌੜਾ ਜੀ ਉਹਨਾਂ ਦੇ ਉਹਨਾਂ ਨੂੰ ਫੜ ਲਿਆ 22 ਬੋਤਲਾਂ दारू ਦੇ ਮਾਮਲੇ 'ਚ ਤੇ ਅਦਾਲਤ ਦੇ ਵਿੱਚੋਂ ਜਮਾਨਤਾ ਮਿਲ ਲਮਗਰੋਂ ਕਰਮੂ ਜਿਹੜਾ ਸੀਗਾ ਨਹੀਂ ਉਹ ਗਾਇਰ ਹਾਜ਼ਰ ਹੋ ਗਿਆ ਹੂੰ ਹੂੰ ਤੇ ਕਰਮੂ ਨੂੰ 22 ਮਾਰਚ 2022 ਨੂੰ ਭਗੌੜਾ ਕਰਾਰ ਦਿੱਤਾ ਅਦਾਲਤ ਨੇ ਜੀ ਲੈ ਵੀ ਭਗੌੜਾ ਕਰਾਰ ਹੈ ਹੂੰ ਹੂੰ ਹੁਣ ਜੀ ਦੇ ਸਾਹਮਣੇ ਦਿੱਤਾ ਸੀ ਪੁਲਿਸ ਵਾਲੇ ਦੇ ਜੈ ਸੀ ਉਹ ਕਹਿੰਦੇ ਜੀ ਲਭੋਂ ਤਾਂ ਭਗੌੜਾ ਕਰਾਰ ਦਿੱਤਾ ਹਾਂ ਹਾਂ ਉਸ ਤੋਂ ਬਾਅਦ ਜੀ ਉਹ ਬੰਦਾ ਹੋ ਗਿਆ ਪੇਸ਼ 19 ਅਪ੍ਰੈਲ 2022 ਨੂੰ ਉਹਨੂੰ ਗ੍ਰਿਫਤਾਰ ਕਰ ਰਹੇ ਤੇ ਅਦਾਲਤ 'ਚ ਪੇਸ਼ ਕਰਤਾ ਪੁਲਿਸ ਨੇ ਪੇਸ਼ ਕਰਤਾ ਹੂੰ ਹੂੰ ਅਦਾਲਤ ਨੇ 8 ਜੁਲਾਈ 2022 ਨੂੰ ਉਹਦਾ ਫੈਸਲਾ ਕਰਤਾ ਵੀ ਚੱਲ ਕਰਨ ਨੂੰ ਆ ਨਹੀਂ ਕਰਨ ਨੂੰ ਜੀ ਉਹ ਕਹਿੰਦੇ ਆ ਲੈ ਵੀ ਭਾਈ ਤੈਨੂੰ 500 ਰੁਪਿਆ ਕਰਤਾ ਜੁਰਮਾਨਾ ਤੇ ਨੇਕ ਚੱਲਨੀ ਜ਼ਮਾਨਤ ਤੇ ਦਿੱਤਾ ਛੱਡ ਵੀ ਗਾਣੂ ਮਾੜਾ ਕੰਮ ਨਾ ਕਰੀ ਮਾੜਾ ਕੰਮ ਨਾ ਕਰੀ ਪਾ 500 ਜੁਰਮਾਨਾ ਕਰ ਲੈ ਮਾਮਲਾ ਮੁਕਾਤਾ ਹੂੰ ਉਹ ਤਾਂ ਜਿਵੇਂ ਆਪਦੇ ਘਰੋਂ ਤੁਰ ਗਿਆ ਹੂੰ ਉਸ ਤੋਂ ਬਾਅਦ ਕਿਸੇ ਨੂੰ ਯਾਦ ਆ ਗਿਆ ਵੀ ਯਾਰ ਆਪਾ ਬੰਦਾ ਤਾਂ ਭਗਾਉੜਾ ਕਰਾਰ ਦਿੱਤਾ ਸੀ ਹਾਂ ਤੇ ਉਹਨੂੰ ਜੀ ਫੇਰ ਫੜ ਲਿਆ ਹਾਂ ਉਹ ਕਹਿੰਦਾ ਉਹ ਭਰਾਵਾ ਮੈਂ ਤਾਂ ਪ੍ਰੀਮਾ ਮੈਂ ਕਰਮੂ ਨੂੰ ਕਹਿੰਦੇ ਫੜ ਲਿਆ ਉਹ ਕਰਮੂ ਵੀ ਨੂੰ ਪੀਪਲ ਉਹਨੂੰ ਉੱਤੇ ਉਹਨੇ ਤਾਂ ਕਹੀ ਫੜ ਲਿਆ ਮਾਈ ਬਾਪੇ ਪਰ ਹਾਂ ਕੁਝ ਵੀ ਕਹ ਲੈ ਜੀ ਮਾਈ ਬਾਪੇ ਪਤਾ ਨਹੀਂ ਕੀ ਕੱਲ ਕੱਲ ਚਲੇ ਕੇ ਚੁੱਪ ਕਰਕੇ ਜਿੱਥੇ ਰ ਗਿਆ ਨਾਲ ਹੂੰ ਚਲੇ ਗਿਆ ਅਦਾਲਤ ਚ ਚਲੇ ਗਿਆ ਅਦਾਲਤ ਚ ਤੂੰ ਵੀ ਉਹ ਕਹਿੰਦੇ ਜੀ ਇਹਨਾਂ ਨੇ ਕੇਸ ਤਾਂ ਲੈ ਵੀ ਉਹ दारू ਫੜੀ ਸੀ ਜੀ ਭਾਈ ਬੋਤਲਾਂ ਫੜਿਆ ਸੀ ਤੇ ਜਨਾਬ ਨੇ ਭਗਾੜਾ ਕਰਾ ਦੇਤਾ ਉਹ ਅਦਾਲਤੀ ਕਦੇ ਨੂੰ ਤਾਂ ਬਰੀ ਕਰਦਾ ਇਹ ਨੂੰ ਤਾਂ ਅਸੀਂ ਜਿਹੜਾ ਕੇਸ ਦਾ ਫੈਸਲਾ ਕਰਦਾ ਹੂੰ 500 ਰੁਪਏ ਜੁਰਮਾਨਾ ਕਰਕੇ ਨੇਕ ਚਲਣੀ ਤੇ ਛੱਡਦਾ ਜਦੋਂ ਬੰਦਾ ਨੇਕ ਚਲਣੀ ਤੇ ਛੱਡਦਾ ਇਹਦਾ ਪਗੋੜਾ ਪਣ ਕੇ ਛੱਡ ਗਿਆ ਉਹ ਰਾੜਾ ਕਿਥੇ ਰਹਿ ਗਿਆ ਹਾਂ ਤੁਸੀਂ ਇਹ ਕਰੀ ਕੀ ਜਾਣਿਓ ਹਾਂ ਝਾੜ ਪਾਈ ਅਦਾਲਤ ਨੇ ਨੋਟਿਸ ਦੇਤਾ ਸਬੰਧਤ ਆਈਓ ਨੇ ਇੱਕ ਫੜਕੇ ਲਿਆ ਦੱਸ ਵੀ ਭਾਈ ਤੂੰ ਜਵਾਬ ਦੇ ਜਵਾਬ ਦੇ ਨਾਲ ਵੱਡੇ ਅਧਿਕਾਰੀਆਂ ਨੂੰ ਕਹਤਾ ਵੀ ਇਹਦੀ ਡਿਪਾਰਟਮੈਂਟਲ ਖੋਲੋ ਖੋਲੋ ਇਹਦੇ ਤੇ ਕਾਰਵਾਈ ਕਰੋ ਉਹ ਡਿਪਾਰਟਮੈਂਟਲ ਖੋਲਣਾ ਸੀ ਡਿਪਟੀ ਸਾਹਿਬ ਨੂੰ ਪੱਤਰਕਾਰ ਨੇ ਪੁੱਛਿਆ ਪੰਜਾਬੀ ਟ੍ਰਿਬਿਊਨ ਨਾਲ ਇਹ ਨੇ ਵੀ ਹੁਣ ਤੁਸੀਂ ਕੀ ਕਰੋਗੇ ਕਹਿੰਦੇ ਜੀ ਪੁੱਛਕਿਛ ਕਰਾਂਗੇ ਕਾਇਦੇ ਕਾਨੂੰਨ ਮੁਤਾਬਕ ਕੰਮ ਕਰਾਂਗੇ ਉਹ ਤਾਂ ਇੰਨਾ ਦਾ ਹੀ ਹੁੰਦਾ ਕੰਮ ਉਹ ਕਾਇਦਾ ਕਾਨੂੰਨ ਦਾ ਹੁੰਦਾ ਹੀ ਹੈ ਨਾ ਜਿਹੜੇ ਤੁਹਾਨੂੰ ਆਪ ਰੋਜ਼ ਵੀ ਦੇਖਦੇ ਆ ਕਿ ਜਦੋਂ ਕੋਈ ਝਗੜਾ ਰਗੜਾ ਹੋ ਜਾਂਦਾ ਤੇ ਆਪਣੇ ਵਾਲੇ ਬੰਦੇ ਵੀ ਮੂਹਰੇ ਲਾ ਦਿੰਦੇ ਆ ਕਿ ਵੀ ਦੱਸੋ ਜੀ ਕੀ ਹੈ ਕਹਿੰਦੇ ਜੀ ਐਫ ਆਈ ਆਰ ਦ ਉਹ ਜਿਹੜਾ ਸੱਟਾ ਲਊਗਾ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ ਇਹ ਉਹ ਹੀ ਉਹ ਹੀ ਆ ਕਰਕੇ ਉਹਨਾਂ ਨੇ ਕਹੇ ਤਾਂ ਲੋ ਜੀ ਅਸੀਂ ਆਪਦਾ ਕੰਮ ਪੂਰਾ ਕਰ ਲਿਆ ਜੀ ਇਹ ਇਸ ਤਰ੍ਹਾਂ ਹੁੰਦਾ ਜੀ ਅੱਛਾ ਢਿੱਲੋ ਸਾਹਿਬ ਇੱਕ ਹੋਰ ਬੜੀ ਹੈਰਾਨੀਜਨਕ ਘਟਨਾ ਆਈ ਆਪਣੇ ਜਿਵੇਂ ਪੰਜਾਬ 'ਚ ਰੌਲਾ ਪਿਆ ਨਾ ਜਾਲੀ ਸਰਟੀਫਿਕੇਟਾਂ ਦਾ ਹਾਂ ਹਾਂ ਵੀ ਜੇ ਜਾਤੀ ਸਰਟੀਫਿਕੇਟ 36 ਘਾਟ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਅੱਛਾ ਜੀ ਉੱਥੇ ਹੁਣ ਕੀ ਹੋਇਆ ਜੀ ਜਿਹੜੇ ਕਬਾਇਲੀ ਲੋਕ ਸੀ ਨਾ ਜੀ 9-10 ਮੁੰਡੇ ਉਹ ਨੰਗੇ ਹੋ ਗਏ ਤੇ ਰਾਏਪੁਰ ਦੀ ਜਿਹੜੀ ਵਿਧਾਨ ਸਭਾ ਸੀ ਉਧਰ ਨੂੰ ਮਾਰਚ ਕਰਤਾ ਜੀ ਪਹਿਲੀ ਵਾਰੀ ਅਲਫ ਨੰਗੇ ਹੋ ਕੇ ਪੰਜਾਬ ਭਾਰਤ ਦੇ ਵਿੱਚ ਕੋਈ ਪ੍ਰੋਟੈਸਟ ਹੋਇਆ ਨਹੀਂ ਤਾਂ ਪਹਿਲਾਂ ਵੀ ਇੱਕ ਵਾਰੀ ਹੋ ਗਿਆ ਸੀ ਅੱਛਾ ਜੀ ਇੱਕ ਵਾਰੀ ਪਹਿਲਾਂ ਵੀ ਹੋ ਗਿਆ ਸੀ ਉਹ ਤੁਸੀਂ ਸ਼ਾਇਦ ਦੇਖੇ ਨਹੀਂ ਵੀਡੀਓ ਹੂੰ ਉਹ ਕਹਿੰਦੇ ਸੀ ਵੀ ਜਿਹੜਾ ਕੁਝ ਕਰਨਾ ਕਰ ਲੋ ਯਾਰ ਰਸਤਾ ਜਮਾਲ ਫਰੰਗੇ ਸਾਡੇ ਜਿਹੜੇ ਲੀੜੇ ਤੁਸੀਂ ਤਾਂ ਕਿਉਂ ਲਾਉਣ ਨੂੰ ਫਿਰਦੇ ਸਾ ਆਪ ਹੀ ਲਾਦੇ ਆ ਆਪ ਹੀ ਲਾਦੇ ਜਿਹੜੇ ਕੁਝ ਕਰਦੇ ਆ ਕਰ ਲੋ ਇਹ ਦੂਜੀ ਵਾਰੀ ਹੋ ਗਿਆ ਇਹ ਦੂਜੀ ਵਾਰੀ ਹੋ ਗਿਆ ਹਾਂਜੀ ਤੇ ਪੁਲਿਸ ਨੇ ਫੜ ਕੇ ਫਿਰ ਅੰਦਰ ਦੇ ਤੇ ਉਹ ਕਹਿੰਦੇ ਭਾਈ ਜਿਹੜੇ ਫੇਕ ਸਰਟੀਫਿਕੇਟਾਂ ਤੇ ਤੁਰੇ ਫਿਰਦੇ ਆ ਸਰਕਾਰੀ ਜੋਬ ਤੇ ਉਹਨਾਂ ਨੂੰ ਕਿਉਂ ਨਹੀਂ ਲਾਉਂਦੇ ਅਸੀਂ ਸਬੂਤ ਦੇਈ ਬੈਠੇ ਆ ਸਾਨੂੰ ਤਾਂ ਨੌਕਰੀਆਂ ਦੇ ਦਿਓ ਸਾਡੇ ਹੱਕ ਦੀਆਂ ਬਣਦੀਆਂ ਹਾਂ ਬਿਲਕੁਲ ਫੋੜ ਤੇ ਬਣੀਆਂ ਬਹਾਨਦਰ ਦੇਤੀਆਂ ਤੇ ਅਦਾਲਤ ਨੇ ਜਮਾਨਤ ਨਹੀਂ ਦਿੱਤੀ ਆ ਫਿਰ ਜਮਾਨਤ ਕਿਉਂ ਦੇਵੇ ਉਹ ਕਹਿੰਦੇ ਜੀ ਇਹਨਾਂ ਨੇ ਸ਼ਲੀਲਤਾ ਫਲਾਤੀ ਸ਼ਲੀਲਤਾ ਫਲਾਤੀ ਕਹਿੰਦੇ ਜੀ ਇਹ ਤਾਂ ਨਗੇਜ ਹੋ ਗਿਆ ਨਗੇਜ ਜੇ ਤਾਂ ਇਹ ਨਗੇਜ ਤਾਂ ਉਹਨੇ ਦੇਸ਼ ਤਾਂ ਨੰਗਾ ਕਰਤਾ ਦੇਸ਼ ਨੰਗਾ ਕਰਤਾ ਕੇਸ ਦੇਸ਼ ਦੇ ਵਿੱਚ ਕੀ ਸਭ ਕੁਝ ਹੋ ਸਕਦਾ ਹਮ ਇਸ ਦੇਸ਼ ਦੇ ਵਿੱਚ ਜਿਹੜੇ ਹੈ ਮਦਾਨ ਵਾਲੀਆਂ ਸਭ ਤੋਂ ਵੱਡੀਆਂ ਆਪ ਖਬਰਾਂ ਪੜੀਆਂ ਹੈ ਜੀ ਜੁਪੀ ਦੇ ਵਿੱਚ ਇਕ ਵਾਰੀ ਮੈਂ ਪੜਿਆ ਵੀ ਇੱਕ ਬੰਦਾ ਜੀ ਕਿ ਮਰ ਗਿਆ ਹੂੰ ਹੂੰ ਉਹਦਾ ਮੈਜੋਰਾ ਫਰਨਾ ਹਦਾਲਤ ਚ ਕੇਸ ਕਰਦਾ ਜੀ ਉਹਨੂੰ ਆਵਾਜ਼ ਪਿਆ ਕਰੇ ਵੀ ਮ੍ਰਿਤਕ ਫਲਾਣਾ ਸਿੰਘ ਹਾਂ ਹਾਂ ਮੂਰੇ ਮ੍ਰਿਤਕ ਲਾਇਆ ਕਰਨ ਵਾਲੇ ਉਹਨੂੰ ਕੀ ਕਰਨਾ ਅਦਾਲਤ ਚ ਪੇਸ਼ ਹੋ ਕੇ ਕੇਸ ਹੋ ਜਾ ਕਰੇ ਹਾਂ ਹਾਂ ਉਹ ਜਦੋਂ ਪੇਸ਼ ਹੋਣ ਲੱਗਾ ਖਬਰਾਂ ਫਕੂਰਾ ਪੜ ਕੇ ਕੀ ਆ ਉਹ ਪਤਾ ਲੱਗਿਆ ਫਲਾਣੇ ਪਿੰਡ ਚ ਵੀ ਕੋ ਬੰਦਾ ਮਾਰਦਾ ਹਾਂ ਜਿਉਂਦਾ ਫਿਰਦਾ ਬੰਦਾ ਕਾਗਜ਼ਾਂ ਚ ਮਾਰਦਾ ਜ਼ਮੀਨ ਉਹਦੀ ਤਪਤੀ ਜਨੇ ਨਾ ਕਰਾਉਣੀ ਕਿਸੇ ਸ਼ਰੀਕ ਨੇ ਕਰਾ ਲਈ ਹੁਣ ਜੁਪੀ ਦੇ ਵਿੱਚ ਇੱਕ ਸੰਘ ਬਣਿਆ ਹੋਇਆ ਜੂਨੀਅਨ ਮ੍ਰਿਤਕ ਜੂਨੀਅਨ ਅੱਛਾ ਜੀ ਜਿਉਂਦੇ ਬੰਦਿਆਂ ਦੀ ਮਰਤਕ ਯੂਨੀਅਨ ਬਣੀ ਹੈ ਜਿਹਨਾਂ ਨੂੰ ਮਰੇ ਕਰਾ ਡਿਕਲੇਅਰ ਕਰਤਾ ਇਹ ਮਾਰ ਭਾਰਤ ਮਹਾਨਾ ਭਾਰਤ ਮਹਾਨਾ ਇੱਥੇ ਤਾਂ ਢਿੱਲੋ ਸਾਹਿਬ ਹੁਣ ਥਰਡ ਜੈਂਡਰ ਹੈ ਜਿਹੜਾ ਕਹਿਣਾ ਨਹੀਂ ਚਾਹੀਦਾ ਹੁਣ ਕੱਲ ਦੀ ਇੱਕ ਵੀਡੀਓ ਫੇਰ ਤੁਰੀ ਫਿਰਦੀ ਆ ਪਟਿਆਲੇ ਦੀ ਨੰਗਾ ਹੋ ਕੇ ਤੁਰੀ ਫਿਰਦੀ ਆ ਸਕੇਤ ਚ ਨੰਗੇ ਹੋ ਕੇ ਕਰੀ ਜਾਂਦੇ ਨੇ ਤੁਰੇ ਫਿਰਦੇ ਨੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਬੜੀ ਲੋਕ ਪਰੇਸ਼ਾਨ ਨੇ ਇਹਨਾਂ ਤੋਂ ਬਹੁਤ ਬੁਰਾ ਹਾਲ ਹੈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ

उन ट्रेवल प्लाजा, मडेरा वाले लोकल ट्रक वीर वी वेज खाना फिर किते होर क्यों जाना? प्लाजा टी ए मडेरा एग्जिट पॉइंट मलिक या रविवाल एट फाइव फाइव नाइन सिक्स बहुत जल्दी खुल रहा है एक नवा पायलट ट्रक स्टॉप नाइन टाफ्ट ਸਾਰੇ ਵੇਤੇ ਤੇ ਭੈਣ ਜੀ ਵਿਆਹ ਲਈ ਕੱਪੜਿਆਂ ਲਈ ਤੇ ਸ਼ਾਪਿੰਗ ਹੋਗੀ ਲਾਜਵਾਬ ਜੁਐਲਰੀ ਕੀ ਤੋਂ ਲਾਣੀ ਐ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਹਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ ਚੂੜੀਆਂ ਨਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਜ ਉਨਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਐਲਰ ਸ਼ਾਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੇਨਿਊ ਸਾਊਥ-ਈਸਟ ਕੈਂਟ हाँ। मैन बस एक गल दस हाँ। आज जेडी तू ट्रेवलिंग करो हाँ। तो तो हाँ। <laughs> सो अठी जिथे तुम फ्री कॉफी सर्विस रोटी ठेका लॉन्ड्री शावर ट्रक हो सामान आसानी मिलेगा हूने कॉल करो तीन सो साठ छो बवंजाठी थ्री सिक्स जीरो टू 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14814 ਅਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 6014793 ਚੁਰਿੰਜਾ ਸੋ ਪ੍ਰੋਗਰਾਮ ਸ਼ਮਾਦਾਂ ਦੇ ਵਿੱਚ ਤੁਹਾਡਾ ਮੁਰ ਤੋਂ ਸਵਾਗਤ ਹੈ ਤੇ ਹੁਣ ਰੁਕ ਕਰਦੇ ਹਾਂ ਜੀ ਤਖਤ ਸਾਹਿਬ ਜੀ ਹਜੂਰ ਸਾਹਿਬ ਵੱਲ ਉੱਥੇ ਢਿੱਲੋ ਸਭ ਜਿਵੇਂ ਆਪਾਂ ਪੰਜਾਬ ਪੁਲਿਸ ਦਾ ਆਲਮ ਨਿਰਾਲੇ ਦੀ ਗੱਲ ਕਰਦੇ ਹਾਂ ਤੇ ਮਹਾਰਾਸ਼ਟਰ ਸਰਕਾਰ ਹੈ ਜਿਹੜੀ ਉਹਨੇ ਵੀ ਜਿਹੜਾ ਉੱਥੇ ਤਖਤ ਸਭ ਦਾ ਜਿਹੜਾ ਪ੍ਰਬੰਧਕ ਹੈ ਉਹ ਇੱਕ ਗੈਰ ਸਿੱਖ ਲਾਇਆ ਹੈ ਮੈਂਬਰ ਤਾਂ ਬੜੇ ਲੱਗੇ ਰਹਿੰਦੇ ਰਹਿੰਦੇ ਪਰ ਉਸ ਦੇ ਨਾਲ ਸਿੱਖ ਸਭਾਾਂ ਦੇ ਵਿੱਚ ਫਿਰ ਬੇਗਾਨਗੀ ਅਹਿਸਾਸ ਕਰਵਾਇਆ ਜਾ ਰਿਹਾ ਹੈ ਅ ਬਿਲਕੁਲ ਉਹਨਾਂ ਨੇ ਤਾਂ ਅਹਿਸਾਸ ਕਰਾਉਣਾ ਹੀ ਹੈ ਮਤਲਬ ਜੇ ਆਪਾਂ ਦੇਖੀਏ ਤੇ ਘੱਟ ਤਾਂ ਸੀ ਆਪ ਵੀ ਹੈ ਨਹੀਂ ਆਪ ਵੀ ਹੈ ਨਹੀਂ ਹਾਂ ਜਦੋਂ ਅਸੀਂ ਕਿਸੇ ਬੰਦੇ ਨੂੰ ਮੌਕਾ ਦੇਵਾਂਗੇ ਤਗਲਾ ਲਊਗਾ ਇੱਥੇ ਤੁਸੀਂ ਕੱਲਾ ਇਹ ਨਾ ਦੇਖੋ ਕਿ ਬੰਦੇ ਦੇ ਸਿਰ ਤੇ ਪੱਗ ਬੰਨੀ ਹੈ ਕਿ ਨਹੀਂ ਬੰਨੀ ਹੂੰ ਹੂੰ ਜਦੋਂ ਭਾਜਪੀ ਦੇ ਕਐਮਐਲ ਨੂੰ ਜੀ ਪ੍ਰਧਾਨ ਲਾਇਆ ਤਖਤ ਸਾਹਿਬ ਦਾ ਪ੍ਰਧਾਨ ਦਾ ਹੈ ਤੇ ਉਦੋਂ ਉਹਦੇ ਜ਼ਰੂਰ ਸਿਰ ਤੇ ਦਸਤਾਰ ਬੱਝੀ ਸੀ ਪਰ ਸਹੀ ਸਾਰਾ ਕੁਝ ਪਰ ਮੇਰੇ ਖਿਆਲ ਮੁਤਾਬਕ ਨਾਂ ਵੀ ਉਦੋਂ ਤਾਰਾ ਸਿਉ ਸੀ ਹੂੰ ਹੂੰ ਐਮਐਲਏ ਸੀ ਐਮਐਲਏ ਸੀ ਤਾਰਾ ਸੋਸਾਇਟੀ ਸਾਡੇ ਬੰਦੇ ਤਾਂ ਫਿਰ ਉਹਨੂੰ ਵੀ ਬੁੱਕੇ ਦਿੰਦੇ ਸੀ ਉਦੋਂ ਇਹ ਨਹੀਂ ਦੇਖਿਆ ਕਿ ਬੰਦੇ ਦੀ ਵਿਚਾਰਧਾਰਾ ਤਾਰਸ ਐਸਐਸਆਰ ਐਸਐਸ ਦਾ ਮੇਰਾ ਕਹਿਲਬ ਕਿਸੇ ਗੈਰ ਸਿੱਖਣ ਨੂੰ ਵੀ ਮਾੜੀ ਹੈ ਮਾੜੀ ਹੈ ਬਿਲਕੁਲ ਜੇ ਆਪਾਂ ਗੱਲ ਕਰਕੇ ਹਟੇ ਆਂ ਖਾ ਪੰਚਾਇਤਾਂ ਦੀ ਉਹਨਾਂ ਦੇ ਕਿਹੜਾ ਵਿਚਾਰਾਂ ਦੇ ਅਮਰਤਪਾਨ ਕੀਤਾ ਬਿਲਕੁਲ ਉਹ ਗੱਲ ਤਾਂ ਸਹੀ ਕਰਦੇ ਆ ਨਾ ਤੁਸੀਂ ਵਿਚਾਰਧਾਰਕ ਤੌਰ ਤੇ ਦੇਖੋ ਕਿ ਵਿਚਾਰਧਾਰਕ ਤੌਰ ਤੇ ਬੰਦਾ ਕਿੱਥੇ ਖਲੋਤਾ ਹੈ ਹੂੰ ਜਿਹੜੀ ਆਰਐਸਐਸ ਨੇ ਗੁਰੂ ਆਪਣੇ ਖਾਲਸਾ ਪੰਥ ਦੇ 300 ਸਾਲਾ ਜਿਹੜਾ ਸ਼ਤਾਬਦੀ ਦਿਵਸ ਸੀਗਾ ਜਿਹੜਾ ਸ਼ਤਾਬਦੀ ਮੌਕੇ ਉਸ ਸਮੇਂ ਕਿ ਜਿਹੜੀ ਬਾਜਪਾ ਨੇ ਆਪਾਂ ਨੂੰ ਪੈਸੇ ਦਿੱਤੇ ਸੀ ਤੇ ਉਹਦੇ ਵਿੱਚੋਂ ਕੇਸਾ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਤਾ ਸੀ ਉਹਨੇ ਇੱਕ ਕਿਤਾਬ ਸ਼ਾਪੀ ਸੀ ਸਿੱਖ ਇਤਿਹਾਸ ਸਿੰਧੀ ਦਿੱਤੇ ਉਹਦੇ ਵਿੱਚ ਗੁਰੂਆਂ ਨੂੰ ਤੇ ਸਹਬਜ਼ਾਦਿਆਂ ਨੂੰ ਚੋਰ ਅਚੱਕੇ ਦੱਸਿਆ ਗਿਆ ਸੀ ਜੀ ਜੀ ਉਹਨੂੰ ਪ੍ਰਵਾਨਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਦਿੱਤੀ ਹੋਈ ਸੀ ਉਦੋਂ ਨੇ ਜਿਸ ਸੀ ਦੇਖਿਆ ਕੀ ਹੈ ਹੂੰ ਹੂੰ ਕਿੰਨਾ ਕੁਝ ਸਾਡੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ ਨਾਨਕਸ਼ਹੀ ਕੈਲੰਡਰ ਸੀ ਜੀ ਨਾਨਕਸ਼ਹੀਦ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਗੂ ਕੀਤਾ ਫੈਸਲਾ ਕੀਤਾ ਤੇ ਜਾਰੀ ਪ੍ਰਕਾਸ਼ਿਓ ਬਾਦਰੋ ਰਾਣੇ ਜੀ ਦਮਦਮਾ ਸਾਹਿਬ ਤੋਂ ਕੀਤਾ ਸੀ ਤੇ ਫਿਰ ਉਹਦੇ ਚ ਮਲਬਟ ਕਿਵੇਂ ਹੋ ਗਈ ਹੂੰ 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 ਪਾਲ ਸਿੰਘ ਪੁਰੇਵਾਲ ਹੋਰਾਂ ਨੇ ਕਿੰਨੀ ਮਿਹਨਤ ਕੀਤੀ ਕਿੰਨੀ ਮਿਹਨਤ ਕਰਕੇ ਉਹਨਾਂ ਨੇ ਉਹ ਤਿਆਰ ਕੀਤਾ ਜੀ ਜਿਹੜੇ ਭਾਈਚਾਰੇ ਕੋਲੇ ਉਹਦਾ ਕੈਲੰਡਰੀ ਹੈ ਹੂੰ ਹੂੰ ਉਹਦੇ ਪਰਲੇ ਦੱਸੋ ਕੀ ਹੈ ਬਿਲਕੁਲ ਬਿਕਰਮੀ ਕੈਲੰਡਰ ਦੇ ਮੁਤਾਬਕ ਜੇ ਤੁਸੀਂ ਲੈ ਕੇ ਜਾਓਗੇ ਤੁਹਾਡੀਆਂ ਸਿੱਖ ਸੰਸਥਾਵਾਂ ਉਹਦੇ ਮੁਤਾਬਕ ਤੁਰਨ ਗਈਆਂ ਹੂੰ ਹੂੰ ਤਾਂ ਫਿਰ ਦਾਨੇ ਵਾਲੀਆ ਸਾਹਿਬ ਜੋ ਕੁਝ ਹੁੰਦਾ ਉਹੀ ਉਹੀ ਹੋਊਗਾ ਬਿਲਕੁਲ ਤੁਸੀਂ ਇਹ ਦੇਖੋ ਕਿ ਇੱਕ ਮਿਸਟਰ ਪੀ ਐਸ ਪਸਰੀਚਾ ਹੁੰਦੇ ਸੀ ਹਮ ਹਮ ਇਤਫਾਕੀਆ ਬਠਿੰਡਾ ਦੇ ਨਾਲ ਉਹਨਾਂ ਦਾ ਥੋੜਾ ਬਹੁਤਾ ਸਬੰਧ ਸੀ ਜੀ ਉਹ ਸਬੰਧ ਇਸ ਕਰਕੇ ਸੀ ਕਿ ਉਹਨਾਂ ਦੇ ਪਿਤਾ ਸ਼੍ਰੀ ਇੱਥੇ ਜਿਹੜਾ ਇੰਡਸਟਰੀਅਲ ਡਿਪਾਰਟਮੈਂਟ ਆ ਸਾਡਾ ਹਮ ਹਮ ਉਹਦੇ ਵਿੱਚ ਜਨਰਲ ਮੈਨੇਜਰ ਹੁੰਦੇ ਸੀ ਜੀ ਔਰ ਬਠਿੰਡੇ ਦੇ ਵਿੱਚ ਉਹਨਾਂ ਦਾ ਪਲਾਟ ਵੀ ਸੀ ਉਸ ਪਲਾਟ ਦੇ ਵਿੱਚ ਕਿਉਂਕਿ ਉਹਨਾਂ ਦੇ ਪਲਾਟ ਦੇ ਉੱਤੇ ਕਬਜ਼ਾ ਹੋ ਗਿਆ ਸੀ ਕਬਜ਼ਾ ਹੋ ਗਿਆ ਸੀ ਬਿੰਗਾ ਟੇਡਾ ਮੈਂ ਵੀ ਉਹਦੇ ਵਿੱਚ ਕੁਝ ਯੋਗਦਾਨ ਅਦਾ ਕੀਤਾ ਸੀ ਕਿਸੇ ਪੁਲਿਸ ਅਫਸਰ ਦੇ ਕਹਿੰਦੇ ਉੱਤੇ ਉਹਨਾਂ ਦਾ ਸੀ ਜੀ ਜਦੋਂ ਪਸਰੀਚਾ ਸਾਹਿਬ ਬੋਰਡ ਦੇ ਉਸ ਤੇ ਚੇਅਰਮੈਨ ਸੀ ਚੇਅਰਮੈਨ ਸੀ ਡਾਕਟਰ ਮਨਮੋਨ ਸਿੰਘ ਹੁਦੇਸੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਉਸ ਵੇਲੇ ਤੁਸੀਂ ਇਹ ਦੇਖੋ ਵੀ ਹਜ਼ੂਰ ਸਾਹਿਬ ਦੀ ਕਾਇਆ ਕਲਪ ਕਿੰਨੀ ਹੋਈ ਸੀ ਕਿੰਨੀ ਹੋਈ ਸੀ ਸਟੇਸ਼ਨ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਸਭ ਦੇ ਆਲੇ ਦੁਆਲੇ ਜਿਹੜੇ ਸਾਡਾ ਸਿਕਰੀ ਕਰ ਭਾਈਚਾਰਾ ਬੈਠਾ ਸੀ ਉਹਨਾਂ ਦਾ ਮੁੜ ਬਸੇਵਾ ਪਾਸੇ ਕੀਤਾ ਗਿਆ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਉੱਥੇ ਸਫਾਈ ਵਗੈਰਾ ਕਰਵਾਈ ਗਈ ਅਰਪ ਸ੍ਰੀਚਾ ਸਾਹਿਬ ਦੇ ਦੌਰ ਦੇ ਵਿੱਚ ਤਖਤ ਸਾਹਿਬ ਦੀ ਇਨਕਮ ਦੇ ਵਿੱਚ ਵੀ ਵਾਧਾ ਹੋਇਆ ਸੀ ਠੀਕ ਹੈ ਅੱਜ ਹੁਣ ਇਹ ਜਿਹੜੀ ਖਬਰ ਜਦੋਂ ਆਏਗੀ ਕਿ ਜੀ ਉੱਥੇ ਇੱਕ ਗੈਰ ਸਿੱਖ ਨੂੰ ਲਾਤਾ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜੀ ਕਹਿੰਦੇ ਮੈਂ ਚਿੱਠੀ ਲਿਖ ਦਿੱਤੀ ਏਕਨਾਥ ਸਿੰਦੇ ਨੂੰ ਜੀ ਮੁੱਖ ਮੰਤਰੀ ਨੂੰ ਕਿ ਗੱਲ ਬੜੀ ਮਾੜੀ ਕੀਤੀ ਹੈ ਭਾਈ ਤੁਸੀਂ ਕਿਸੇ ਸਿੱਖ ਨੂੰ ਲਾ ਦਿਓ ਤੇ ਨਾਲ ਅਗਲੇ ਪਾਸੇ ਦੰਨ ਲਿਆ ਸਭ ਇੱਕ ਹੋਰ ਪਾਤਾ ਨੁਕਤਾ ਹਾਂ ਐਂ ਕਰੋ ਜੀ 2022 ਦੇ ਵਿੱਚ ਮਿਆਦ ਖਤਮ ਹੋ ਗਈ ਸੀ ਇਸ ਬੋਰਡ ਦੀ ਤੇ ਬੋਰਡ ਦੀ ਚੋਣ ਕਿਉਂ ਨਹੀਂ ਕਰਾਉਂਦੇ ਹਾਂ ਆਏ ਹਾਏ ਕੀ ਕਮਾਲ ਹੈ ਹੂੰ ਤੇ ਧਮੀਤ ਸਾਹਿਬ ਤੁਸੀਂ 2011 ਦੇ ਵਿੱਚ ਤੁਹਾਡੀ ਹੋਈ ਸੀ ਸ਼੍ਰੋਮਣੀ ਕਮੇਟੀ ਦੇ ਤੋਂ ਬਾਅਦ ਚੋਣ ਹੀ ਨਹੀਂ ਹੋਈ ਚੋਣ ਹੀ ਨਹੀਂ ਹੋਈ ਤੁਸੀਂ ਕਿਉਂ ਨਹੀਂ ਕਰਾਉਂਦੇ ਇਹਦੀ ਮੰਗ ਵੀ ਕਰ ਲੋ ਹਾਂ ਇਹਦੀ ਮੰਗ ਕਰ ਲੋ ਕਹੋ ਮਿਤਸ਼ਾਨ ਹੋਈ ਭਾਈ ਚੋਣ ਕਰਾ ਦੇ ਉਹ ਉਹ ਕਹਿੰਦੇ ਜੀ ਪੁਰਾਣਾ ਬੋਰਡ ਹੀ ਚੱਲ ਜਾਂਦਾ ਸਾਰਾ ਹੂੰ ਹੂੰ ਉਹਦੇ ਨਾਲ ਕੋਈ ਕੋਈ ਸੁਪਰੀਮ ਕੋਰਟ ਦਾ ਫੈਸਲਾ ਸੀ ਉਹਦੇ ਅਧਾਰ ਤੇ ਉਹ ਲਾ ਦਿੰਦੇ ਉਹ ਕੁੱਤੀਕਾਰ ਦਾ ਲੱਗੀ ਬਸ ਕੁੱਤੀਕਾਰ ਦਾ ਲੱਗੀ ਉਹਦੇ ਅਧਾਰ ਤੇ ਕੰਮ ਚੱਲੀ ਜਾਂਦਾ ਚਲਾਈ ਜਾਂਦੇ ਮੈਂ ਸਮਝਦਾ ਵੀ ਇਹਦੇ ਨਾਲੋਂ ਤਰਲੋਚਨ ਸਿੰਘ ਹੋਰਾਂ ਦਾ ਜੇ ਕੰਮ ਠੀਕ ਹੈ ਜੀ ਤਰਲੋਚਨ ਸਿੰਘ ਹੋਰੀ ਭਾਵੇਂ ਉਹਨਾਂ ਦੀ ਵਿਚਾਰਤੋਂ ਰਾ ਕੁਛ ਵੀ ਹੋਵੇ ਲੇਕਿਨ ਸਿੱਖੀ ਦੇ ਨਾਲ ਜੁੜੇ ਹੋਏ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਜੀ ਕਿਸੇ ਸਿੱਖ ਆਈਏ ਸਬਸਰ ਨੂੰ ਤੁਸੀਂ ਜੀ ਜਿਹੜਾ ਉਸ ਬੋਰਡ ਦਾ ਚੇਅਰਮੈਨ ਹੈ ਉਹ ਜਿੰਨੀ ਦੇਰ ਚੋਣ ਨਹੀਂ ਦੀ ਦਾਨੀਅਲ ਸਿੰਘ ਸਾਹਿਬ ਆਪਣੀ ਸ਼੍ਰੋਮਣੀ ਹਮ ਹਮ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਐਕਟ ਨਾਲ ਬਣੀ ਹੈ ਜੀ ਉਸ ਐਕਟ ਦੇ ਮੁਤਾਬਕ ਇਹ ਹੈ ਕਿ ਜਿਹੜਾ ਪਹਿਲਾ ਹਾਊਸ ਜੁੜਦਾ ਹੈ ਦਾ ਹਮ ਹਮ ਉਹਦੀ ਪ੍ਰਧਾਨਗੀ ਕੌਣ ਕਰਦਾ ਜੀ ਜੀ ਅਮਰਸਰ ਦਾ ਡਿਪਟੀ ਕਮਿਸ਼ਨਰ ਕਰਦਾ ਹੈ ਕਰਦਾ ਤੇ ਇੱਥੇ ਇੱਥੇ ਜਿਹੜੇ ਕਿਨੇ ਰੀਤ ਤੋੜੀ ਐ ਇੱਥੇ ਵੀ ਇੱਥੇ ਇੱਥੇ ਵੀ ਰੀਤ ਕਿਹਨੇ ਤੋੜੀ ਐ ਇਹ ਵੀ ਆਪ ਦੇਖ ਆਪ ਦੀ ਪੀੜ੍ਹੀ ਥੱਲੇ ਚੋਟ ਗੈਰ ਸਿੱਖ ਕਿਨੇ ਲਾਇਆ ਸੀ ਉਹ ਵੀ ਦੇਖ ਲਓ ਹੂੰ ਹੂੰ ਇਹ ਕਈ ਚੀਜ਼ਾਂ ਚੀਜ਼ਾਂ ਹੁੰਦੀਆਂ ਨੇ ਦੇਖਣ ਲੱਗਾ ਉਹਨੂੰ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਆਪਦੇ ਛੋਟਾ ਲੱਗਦਾ ਆਪਦੀਆਂ ਜਿਹੜੀਆਂ ਕੀਤੀਆਂ ਹੋਈਆਂ ਗਲਤੀਆਂ ਜੀ ਉਹਨਾਂ ਗਲਤੀਆਂ ਦਾ ਖਮਾਜਾ ਸਾਨੂੰ ਭੁਗਤਣਾ ਪੈਂਦਾ ਜਦੋਂ ਅਸੀਂ ਕਿਸੇ ਨੂੰ ਆਪਦੀ ਉਂਗਲ ਫੜਨ ਦੀ ਇਹ ਦਾਜ ਦੇਵਾਂਗੇ ਤੇ ਬਾਣੂ ਗੇੜਾ ਤੇਊਗਾ ਹੀ ਤਊਗਾ ਅਗਲਾ ਇੱਕ ਗੇੜਾ ਸੀ ਆਪ ਦੋਇਆ ਕਿਸੇ ਹੋਰ ਨੇ ਹੋਰ ਨਹੀਂ ਨਹੀਂ ਦੋਇਆ ਹਾਂਜੀ ਹਾਂਜੀ ਸੰਭਲੋ ਜੀ ਬਿਲਕੁਲ ਬਿਲਕੁਲ ਤੇ ਹੁਣ ਟਿਲੋ ਸਾਹਿਬ ਗੱਲ ਕਰ ਲਈਏ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਗੁਜਰਾਤ ਤੋਂ ਬਾਅਦ ਬਹੁਤ ਵੱਡੀ ਖੇਪ ਜਿਹੜੀ ਉਹ ਦਾਵਾ ਕੀਤਾ ਪੰਜਾਬ ਪੁਲਿਸ ਨੇ ਫੜਨ ਦਾ ਕਿੰਨੀ ਕੁ ਫੜ ਲਈ ਹੈ ਨਸ਼ੇ ਦੀ ਖੇਪ ਦੇਖੋ ਡੀਜੀਪੀ ਸਾਹਿਬ ਨੇ ਟਵੀਟ ਕਰਕੇ ਦੱਸਿਆ ਜੀ ਗੌਰਵ ਯਾਦਵ ਸਾਹਿਬ ਨੇ ਕਹਿੰਦੇ ਜੀ ਇਹ ਕੀ ਅਸੀਂ ਬਹੁਤ ਵੱਡੀ ਖੇਪ ਫੜ ਲਈ ਹੁਣ ਤੱਕ ਦੀ ਕਹਿੰਦੇ ਸਭ ਤੋਂ ਵੱਡੀ ਖੇਪ ਹੈ ਹੂੰ ਹੂੰ ਇਹ ਕਹਿੰਦੇ ਜੀ ਅਸੀਂ ਜਿਹੜੀ ਹੈਗੀ ਐ 77.8 ਕਿਲੋ ਹੈਰੂਨ ਬਰਾਮਦ ਕੀਤੀ ਹੈ ਜੀ ਤੇ ਕੋਮੰਤਰੀ ਮਾਰਕੀਟ ਦੇ ਵਿੱਚ ਕਹਿੰਦੇ ਇਹਦੀ ਕੀਮਤ ਹੈ 539 ਕਰੋੜ ਰੁਪਏ ਹੂੰ ਹੂੰ ਫਿਰੋਜ਼ਪੁਰ ਦੇ ਆਲੇ ਦੁਆਲੇ ਫੜੀ ਐ ਤੇ ਫੜੀ ਐ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਜੀ ਤੇ ਨਾਲ ਕਹਿੰਦੇ ਜੀ 3 ਪਸੌਲਾਂ ਦੇ ਸਣੇ 4 ਮਲਜਮ ਵੀ ਕਾਬੂ ਕੀਤੇ ਅੱਛਾ ਜੀ ਦਾਨੀਅਲ ਗਿਆ ਸਾਹਿਬ ਮੁਬਾਰਕ ਹੈ ਹੂੰ ਹੂੰ ਜੇ ਤੁਸੀਂ ਇੰਨੀ ਫੜ ਲਈ ਚੰਗੀ ਗੱਲ ਹੈ ਚੰਗੀ ਗੱਲ ਹੈ ਪਰ ਕਹਾਣੀ ਹੈ ਖੜੀ ਕਿੱਥੇ ਹੂੰ ਹੂੰ ਅ빠 ਇਸ ਗੱਲ ਦੇ ਉੱਤੇ ਜਿਹੜੀ ਪੁਲਿਸ ਨੇ ਜਿਨ੍ਹਾਂ ਨੇ ਫੜਿਆ ਕਾਉਂਟਰ ਇੰਟੈਲੀਜੈਂਸ ਵਾਲਿਆਂ ਨੇ ਉਹ ਵੀ ਵਧਾਈ ਦੇ ਪਾਤਰ ਹੈ ਜੀ ਪਰ ਗੱਲਾਂ ਦੋ ਆ ਮੇਰੇ ਸਾਹਮਣੇ ਹਮ ਹਮ ਇੱਕ ਤਾਂ ਮਾਨਸਾ ਦੇ ਵਿੱਚ ਲਗਾਤਾਰ ਅੰਦੋਲਨ ਚੱਲ ਰਿਹਾ ਜੀ ਨਸ਼ਿਆਂ ਦੇ ਵਿਰੋਧ ਵਿੱਚ ਹਮ ਹਮ ਔਰ ਉਹ ਅੰਦੋਲਨ ਜਿਹੜਾ ਹੈਗਾ ਡੇਲੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਬਹਿੰਦੇ ਆ ਤੇ 14 ਅਗਸਤ ਨੂੰ ਵੱਡਾ ਉਹਨਾਂ ਨੇ ਇੱਕ ਇਕੱਠ ਕਰਨਾ ਜੀ 14 ਅਗਸਤ ਵਾਲਾ ਇਕੱਠਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਿੱਡਾ ਖੁੰਦਾ ਤਾਂ ਪਤਾ ਲੱਗੂ ਤੇ ਹੁਣ ਪਤਾ ਲੱਗਿਆ ਕਿ ਉਹਨਾਂ ਨੂੰ ਪਰਚਾਉਣ ਵਾਸਤੇ ਕਦੇ ਐਸਐਸਪੀ ਸਾਹਿਬ ਕਿਸੇ ਨਾਲ ਮੀਟਿੰਗ ਕਰ ਲੈਂਦੇ ਆ ਕਦੇ ਕਿਸੇ ਨਾਲ ਕਰ ਲੈਂਦੇ ਤੁਸੀਂ ਯਾਰ ਇਹਨੂੰ ਮੁਲਤਵੀ ਕਰਦੇ ਹੋ ਜਾਂ ਰੈਂਕ ਕਰ ਲਓ ਯਾਰ ਐਂ ਕਰ ਲਓ ਉਹ ਕਰਦੇ ਪਰ ਉਹ ਤਸ ਤੋਂ ਮਸ ਨਹੀਂ ਹੋਣ ਉਹ ਤੇ ਜੀ ਇਸੇ ਤਰੀਕੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਹੈਗਾ ਕੋਈ ਨਸ਼ੇ ਦਾ ਕਾਰੋਬਾਰ ਕਰਦੇ ਸੀ ਹੂੰ ਹੂੰ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਇਕੱਠਿਆਂ ਕਰਕੇ ਇਕੱਠੇ ਹੋ ਕੇ ਯਾਰ ਉਹ ਇਸ ਤਰ੍ਹਾਂ ਨਹੀਂ ਤੇ ਸਧਾਰਨ ਬੰਦਾ ਇੱਕ ਹਰਪ੍ਰਭਗਵਾਨ ਸਿੰਘ ਹੈ ਸ਼ਾਇਦ ਉਹਨਾਂ ਅੱਛਾ ਜੀ ਜਾਂ ਹਰਪ੍ਰਭਜਨ ਸਿੰਘ ਵਿਚਾਰਾ ਉਹ ਹਰਪ੍ਰਭਗਵਾਨ ਹੀ ਹੈ ਹੂੰ ਉਹ ਵੀ ਵਿਚੀ ਖੜਾ ਸੀ ਲੋਕਾਂ ਦੇ ਵਿੱਚ ਉਹ ਕਮੇਟੀ ਨੂੰ ਸਹਿਯੋਗ ਦਿੰਦਾ ਸੀ ਜੀ ਤੇ ਅੰਦਰੋਂ ਬੰਦਾ ਨਿਕਲਿਆ ਜਾ ਕੇ ਧਾਦਨੇ ਗੋਲੀ ਮਾਰਤੀ ਅੱਛਾ ਜੀ ਦੱਸੋ ਇਹ ਇਹ ਮੇਰਾ ਖਿਆਲ ਹੈ ਪਹਿਲਾ ਕਤਲ ਹੈ ਹੂੰ ਕਿ ਜਦੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਬੰਦੇ ਨੇ ਆ ਕੇ ਬੰਦੇ ਨੂੰ ਕਤਲ ਕਰ ਕਤਲ ਕਰਤਾ ਉਹਦੇ ਚਦਾਨੇ ਵਾਲਿਆ ਸਾਹਿਬ ਕਹਿੰਦੇ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਬੰਦੇ ਤਾਂ ਫੜ ਲਈ ਹੂੰ ਪਰ ਨਤੀਜਾ ਇਹ ਹੋਇਆ ਕਿ ਪਿੰਡ ਦੇ ਲੋਕਾਂ ਨੇ ਤੇ ਆਲੇ ਦੁਆਲੇ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਜਿਹੜੇ ਕਾਰਕੁਨ ਐ ਲੜਦੇ ਐ ਨਸ਼ੇ ਦੇ ਖਿਲਾਫ ਉਹ ਸਾਰੇ ਉੱਥੇ ਇਕੱਠੇ ਹੋਣੀ ਸ਼ੁਰੂ ਹੋ ਗਏ ਹੂੰ ਤੇ ਫੈਸਲਾ ਉਹਨਾਂ ਨੇ ਕਰ ਲਿਆ ਵੀ ਇਸ ਸਿੰਘ ਦਾ ਪਾਈਪ ਪੋਸਟਮਾਰਟਮ ਨਹੀਂ ਕਰਦੇ ਨਹੀਂ ਕਰਦੇ ਅੱਛਾ ਜਿੰਨੀ ਦੇਰ ਤੱਕ ਸਾਰੇ ਮੁਲਜ਼ਮਾਂ ਨੂੰ ਫੜ ਕੇ ਅੰਦਰ ਨਹੀਂ ਬੰਦ ਕੀਤਾ ਜਾਂਦਾ ਨੰਬਰ 1 ਨੰਬਰ 2 ਇਸ ਪਰਿਵਾਰ ਨੂੰ ਜੀ ਕਿਉਂਕਿ ਉਹ ਬੰਦੇ ਨੇ ਕੋਈ ਆਪਣੀ ਜ਼ਮੀਨ ਦੀ ਲੜਾਈ ਦੀ ਖਾਤਰ ਨਹੀਂ ਮਰਿਆ ਉਹ ਇੱਕ ਸਮਾਜਿਕ ਕੁਰੀਤੀ ਦੇ ਖਿਲਾਫ ਇਨਸਾਫ ਦਵਉਣ ਵਾਸਤੇ ਲੋਕਾਂ ਨੂੰ ਜਦੋਂ ਜਹਾਜ਼ ਕਰਦਾ ਮਾਰਿਆ ਗਿਆ ਮੁਲਜ਼ਮਾਂ ਤੋਂ ਜੀ ਮੁਲਜ਼ਮ ਉਹ ਜਿਹੜੇ ਇਹ ਕੰਮ ਕਰਦੇ ਆ ਨਸ਼ੇ ਪੱਤੇ ਦਾ ਹੂੰ ਹੂੰ ਤੇ ਫਿਰ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਉਹਨੂੰ ਪਰਪਾਈ ਕਰੇ ਉਹਦੇ ਉੱਪਰ ਭਾਈ ਕਰੇ 10 ਲੱਖ ਰੁਪਏ ਦੀ ਜਿਹਨਾਂ ਨੇ ਰੱਖਤੀ ਮੰਗ ਵੀ 10 ਲੱਖ ਰੁਪਏ ਦਾ ਦਿਓ ਜੀ ਮੁਆਵਜ਼ਾ ਹੂੰ ਹੂੰ ਤੇ ਮ੍ਰਿਤਕ ਦੀ ਵਾਈਫ ਨੂੰ ਦਿਓ ਸਰਕਾਰੀ ਨੌਕਰੀ ਅੱਛਾ ਜੀ ਦਾਨੀ ਵਾਲੀ ਇਹ ਸਭ ਪਹਿਲਾਂ ਦਾ ਟਾਲ ਮਟੋਲ ਹੋਣੀ ਸ਼ੁਰੂ ਕਰਤੀ ਜਦੋਂ ਉਹਨਾਂ ਨੇ ਲਾ ਕੇ ਸਾਰਾ ਕੁਝ ਕਰਤਾ ਹੂੰ ਹੂੰ ਫਿਰ ਬੀਤੀ ਰਾਤ ਜੀ ਅੱਧੀ ਰਾਤ ਨੂੰ ਗਿਆ ਜੀ ਪ੍ਰਸ਼ਾਸਨ ਅੱਛਾ ਜੀ ਵੇ ਦੇ ਕੱਲ ਪਰ ਚੰਡੀਗੜ੍ਹ ਹੋ ਗਈ ਹੋਣੀ ਇਹ ਗੱਲ ਚੱਲੀ ਗਾ ਰਹੀ ਹੈ ਤਰਪੀਆਂ ਉਹਨੀਆਂ ਤਾਰ ਉਹਨੇ ਕਹਿੰਦਾ ਨਾ ਵੀ ਫਿਰੇ ਥਾਂ ਥਾਂ ਪਿੰਡਾਂ ਦੇ ਵਿੱਚ ਇਹੀ ਕੁਛ ਹੋਊਗਾ ਇਹੀ ਕੁਛ ਹੋਊਗਾ ਠਿਕਰੀ ਪੈਰੇ ਲੱਗਣਗੇ ਤੇ ਸ਼ਾਇਦ ਕਿਤੇ ਹਾਲਾਤ ਉਹੇ ਜਿਹੇ ਨਾ ਹੋ ਜਾਣ ਹੂੰ ਹੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਦੋਂ ਜਦੋਂ ਕਾਲੀਦਲ ਨਹੀਂ ਵੜ ਹੁੰਦੀ ਸੀ ਕਾਲੀਦਲ ਜਦੋਂ ਪਿੰਡਾਂ 'ਚ ਨਹੀਂ ਵੜਦਾ ਸੀ ਕਿਤੇ ਲੋਕ ਉਸ ਪਾਸੇ ਨੂੰ ਨਾ ਤੁਰ ਪੈਂਣ ਹੂੰ ਹੂੰ ਫਿਰ ਜੀ ਅੱਧੀ ਰਾਤ ਨੂੰ 10 ਲੱਖ ਰੁਪਏ ਦਾ ਦਿੱਤਾ ਚੈੱਕ ਅੱਛਾ ਜੀ ਚੈੱਕ ਦਿੱਤਾ ਤੇ ਨਾਲ ਲਿਖਤੀ ਰੂਪ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਵਾਅਦਾ ਕੀਤਾ ਕਿ ਉਹਦੀ ਵਾਈਫ ਪਰ ਗੱਲ ਇਹ ਹੈ ਕਿ ਇਹ ਜਦੋਂ ਮਤਲਬ ਇਸ ਕਿਸਮ ਦਾ ਦੁਖਾਂਤ ਵਾਪਰਦਾ ਉਦੋਂ ਹੀ ਐਕਟਿਵ ਕਿਉਂ ਕਿਉਂ ਆਉਂਦੇ ਹੋ ਪਹਿਲਾਂ ਕਿਉਂ ਨਹੀਂ ਆਉਂਦੇ ਕਿਉਂ ਹੁਣ ਖਬਰ ਇੱਕ ਹੋਰ ਆ ਰਹੀ ਹੈ ਪੰਜਾਬ ਦੇ ਵਿੱਚ ਕਹਿੰਦੇ ਤੁਸੀਂ ਦੇਖਿਆ ਉਹਨੇ ਇੱਕ ਕਈ ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚੋਂ ਅਫਗਾਨਿਸਤਾਨ ਦਾ ਬੰਦਾ ਫੜਿਆ ਸੀ ਜੀ ਫੜਿਆ ਸੀ ਕਿਰਾਏ ਤੇ ਕੋਠੀ ਲਈ ਸੀ ਉਸ ਕੋਠੀ ਦੇ ਵਿੱਚ ਨਸ਼ਾ ਪੱਤਾ ਨਸ਼ਾ ਪੱਤਾ ਹੁੰਦਾ ਸੀ ਉਹ ਨਸ਼ਾ ਬਣਾਉਂਦਾ ਹੁੰਦਾ ਸੀ ਹੂੰ ਹੂੰ ਕਹਿੰਦੇ ਉਹੀ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਜੀ ਪੰਜਾਬ ਦੇ ਕਈ ਸ਼ਹਿਰਾਂ 'ਚ ਲੱਗੀਆਂ ਦੱਸੋ ਆ ਪਿੱਛੇ ਨਾਰਕੋਟਿਕ ਕੰਟਰੋਲ ਨਾਰਕੋਟਿਕ ਕੰਟਰੋਲ ਬਿਊਰੋ ਵਾਲਿਆਂ ਨੇ ਵੀ ਲੁਧਿਆਣੀ ਤੋਂ ਕੁਝ ਬੰਦੇ ਫੜੇ ਐ ਐਨਆਈਏ ਵਾਲੇ ਵੀ ਫੜ ਕੇ ਲੈ ਗਏ ਐਨਆਈਏ ਆਏ ਨੇ ਕਈਆਂ ਦੇ ਚਲਾਨ ਵੀ ਪੇਸ਼ ਕੀਤੇ ਹੂੰ ਹੂੰ ਉਹ ਇਹੋ ਜਿਹਾ ਸਾਰਾ ਕਾਰੋਬਾਰ ਹੈ ਜੀ ਔਰ ਹੁਣ ਤੁਸੀਂ ਬਾ 78. ਕੁਝ ਜਿਹੜੀ ਹੈਗੀ ਐ ਕਿਲੋਗ੍ਰਾਮ ਫੜੀ ਇਹਦੇ ਨਾਲ ਜਿੰਨੀ ਮਰਜ਼ੀ ਆਪਣੀ ਪਿੱਠ ਸਾਫ ਸੁਫਾਈ ਜਾਓ ਪਰ ਗਰਾਸ ਰੂਟ ਲੈਵਲ ਦੇ ਉੱਤੇ ਜਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਕੀ ਹੋ ਰਿਹਾ ਉਹ ਦੱਸੋ ਉਹ ਦੇਖੋ ਹਰ ਥਾਂ ਥਾਂ ਦੇ ਉੱਤੇ ਤੁਸੀਂ ਦੇਖੋਗੇ ਪਾਉ ਫਲਾਣੇ ਥਾਂ ਲਾਸ਼ ਪਈ ਹੈ ਜੀ ਉਹਦੇ ਲੱਗੀ ਹੁਣ ਹੋਰ ਦੇਖੋ ਜਾਨ ਵਾਲੀ ਸਭ ਕੀ ਦੁਖਾਂਤ ਕਿੱਥੋਂ ਤੱਕ ਪਹੁੰਚ ਗਿਆ ਜੀ ਬਰਨਾਲੇ ਦੇ ਵਿੱਚ ਦੋ ਸਕੇ ਭਰਾ ਨਿਛੇੜੀ ਹੈ ਹਮ ਹਮ ਬਾਪ ਨੂੰ ਕਦੇ ਪੈਸੇ ਦੇ ਜੀ ਬਾਪ ਨੂੰ ਕਿੱਥੇ ਪੈਸੇ ਦੇ ਦੇ ਬਾਪ ਨੂੰ ਦੋਨਾਂ ਭਰਾਵਾਂ ਨੇ ਜੀ ਝਈਆਂ ਲੈ ਲੈ ਕੇ ਪਈ ਅੱਛਾ ਜੀ ਝਈਆਂ ਲੈ ਲੈ ਕੇ ਪਈ ਵੀ ਤੈਥੋਂ ਕਸਰ ਰੈਗੀ ਲੈ ਆਈ ਦੀ ਵਾ ਮੈਂ ਵੜਦਾ ਤੇ ਲੱਤ ਮੈਂ ਵੜਦਾ ਵੱਢ ਕੇ ਮਾਰਦਾ ਪਿਓ ਦੱਸੋ ਜੇ ਪਿਓ ਨੂੰ ਵੀ ਮਾਰਨ ਲੱਗੇ ਤੇ ਇਹ ਮਗਰ ਕੀ ਰਹੀ ਹੈ ਦੇਤੇ ਜ਼ਿੰਮੇਵਾਰੀ ਕੀ ਦੀ ਹੈ ਜ਼ਿੰਮੇਵਾਰੀਤਾ ਸਟੇਟ ਦੀ ਤੇ ਲੋ ਸਭ ਸਭ ਤੋਂ ਵੱਡੀ ਗੱਲ ਦੇਖੋ ਹੁਣ ਚੀਜ਼ ਕੀ ਹੈ ਇਹ ਤਾਂ ਚਲੋ ਮੰਨ ਲਿਆ ਵੀ ਨਸ਼ਾ ਤਾਂ ਦੋ ਨੰਬਰ 'ਚ ਲੋਕ ਛਿਪ ਕੇ ਹੁੰਦਾ ਹੈ ਪੰਜਾਬ ਐਕਸਾਈਜ਼ ਐਕਟ ਕੀ ਬੋਲਦਾ ਹੈ ਕਿ 25 ਸਾਲ ਤੋਂ ਘੱਟ ਵਿਅਕਤੀ ਨੂੰ ਸ਼ਰਾਬ ਨਹੀਂ ਵੇਚਣੀ ਤੇ ਨਾ ਹੀ ਪਲਾਉਣੀ ਤੇ ਨਾ ਹੀ ਸਰਵ ਕਰਨੀ ਤੇ ਲੋ ਸਭ ਕੱਲ ਫਿਰ ਮੇਰਾ ਮਨ ਕੀ ਦੁਖੀ ਹੋਇਆ ਸਾਡੇ ਫੇਸ ਤੰ ਦੇ ਵਿੱਚ ਮਾਰਕੀਟ ਹੈ ਤਿੰਨ ਮੁੰਡੇ ਬੱਚੇ ਉਹ ਮੈਂ ਵੀ ਫਿਰ ਉਹਨਾਂ ਦੇ ਮੰਗਰੀ ਬਾੜ ਗਿਆ ਠੇਕੇ 'ਚ ਤੇ ਉਹਨਾਂ ਨੇ ਪੈਸੇ ਕੱਢੇ 500 ਤੇ ਤਿੰਨ ਜਾਨੇ ਰੜ ਰਲ ਕੇ ਦੋ ਬੀਅਰ ਦੀਆਂ ਬੋਤਲਾਂ ਲੈ ਲਈਆਂ ਮੈਨੂੰ ਸਮਝਾਇਆ ਬੇਟਾ ਮੈਂ ਕਹੇ 25 ਸਾਲ ਦੀ ਐ ਮੈਂ ਫਿਰ ਉਹਨੂੰ ਪੁੱਛਿਆ ਕੈਮਰਾ ਲੱਗਿਆ ਉਹ ਠੇਕੇਦਾਰ ਵੀ ਜਿਹੜਾ ਮੁੰਡਾ ਸੀ ਕਰਿੰਦਾ ਸੀ ਨਾ ਉਹ ਉਹਨਾਂ ਨੂੰ ਕਹੇ ਯਾਰ ਕਿਉਂ ਜ਼ਿੰਦਗੀ ਬਰਬਾਦ ਕਰਦੇ ਹੋ ਆਪਦੀ ਐਸੀ ਤਾਂ ਕਹਿੰਦਾ ਵੇਚਣੀ ਐ ਕਹਿੰਦਾ ਤੁਸੀਂ ਹਰ ਸੰਭਲ ਜੋ ਜੇ ਹੁਣੇ ਲੱਗ ਗਈ ਕੀ ਕਰੋਗੇ ਆ ਕਿੱਥੇ ਪੂਰਾ ਕਿਵੇਂ ਕਿੱਥੇ ਪੂਰੇ ਆਓਗੇ ਪਰ ਹੈਰਾਨੀ ਦੀ ਗੱਲ ਟਿਲੋ ਸਾਹਿਬ ਹੁਣ ਜਿਹੜੇ ਫੇਸ 3 ਦੇ ਵਿੱਚ ਕਲੱਬ ਹੁਣ ਤਾਂ ਕਲੱਬ ਵੱਜਣ ਲੱਗ ਪਏ ਸਾਰਿਆਂ ਨੇ ਬੇਸਮੈਂਟਾਂ ਪਾਟ ਲਈਆਂ ਢਿੱਲੋ ਸਾਹਿਬ ਏਠੋਂ ਆਵਾਜ਼ ਨਹੀਂ ਬਾਹਰ ਆਉਂਦੀ ਸਾਊਂਡ ਪ੍ਰੂਫ ਕੰਮ ਰੱਖਿਆ ਹੁੱਕੇ ਚੱਲਦੇ ਆ ਰੇ ਪਾਰਟੀਆਂ ਚੱਲਦੀਆਂ 50 ਗਾਜ ਦੇ ਉੱਤੇ ਠਾਣਾ ਹੁਣ ਪਿੱਛੇ ਜੇ ਤਿੰਨ ਪੁਲਿਸ ਵਾਲੇ ਗਏ ਉੱਥੇ ਉਹ ਕਹਿੰਦੇ ਜੀ ਅਸੀਂ ਤਾਂ ਗਏ ਸੀਗੇ ਸਾਰੇ ਅਸੀਂ ਰੋਟੀ ਖਾਣਗੇ ਪੈਗ ਸਾਡਾ ਲੱਗਿਆ ਜਦੋਂ ਪਿਉਂਦੇ ਸੀ ਤਾਂ ਪੈਗ ਤਾਂ ਲੱਗਿਆ ਰਾਤ ਨੂੰ ਪਹਿਲੀ ਗੱਲ ਤਾਂ ਰਾਤ ਨੂੰ 11:30 ਵਜੇ ਕਿਹੜਾ ਢੱਬਾ ਖੁੱਲਦਾ ਉੱਥੇ ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਥੱਡੇ ਪਾਰਟੀ ਚੱਲਦੀ ਹੈ ਥੱਲੇ ਬਾੜਨ ਲੱਗੇ ਵੇ ਤੇ ਟਾਬੇ ਵਾਲੇ ਤੇ ਉਹ ਰਲ ਆਪਣੇ ਕਲੱਬ ਵਾਲੇ ਲੜ ਪਏ ਆਪਸੇ ਚ ਉਹਨਾਂ ਦੀ ਵੀਡੀਓ ਬਣ ਗਈ ਹੋਰ ਬਣ ਗਿਆ ਚਲੋ ਗੱਲਾਂ ਇਹ ਆ ਪਰ ਪੁਲਿਸ ਬੈਠੀ ਉੱਥੇ ਕੀ ਕਰਦੀ ਹੈ ਉਹ ਪੁਲਸ ਵਾਲੇ ਤਾਂ ਚਲੋ ਕੋਈ ਕਮਾਂਡੋ ਦਾ ਸੀ ਕੋਈ ਗਨਮੈਨ ਲੱਗਾ ਸੀ ਕੋਈ ਸੰਤਰੀ ਸੀਗਾ ਉਹ ਤਾਂ ਕਿਤੇ ਹੋਰ ਦੇ ਸੀ ਪਰ ਗੱਲ ਇਹ ਹੈ ਵੀ ਉੱਥੇ ਐਨੇ ਕਲੱਬ ਖੁੱਲ ਗਏ ਮੈਨੂੰ ਲੱਗਦਾ ਵੀ ਜੇ ਉੱਥੇ ਡੀਲ ਕੀ ਹੁੰਦੀ ਆ ਜੋ ਨਸ਼ੇ ਦੀ ਤੇ ਮੇਰੇ ਖਿਆਲ ਉਹ ਦਿਹਾੜੀ ਦੇ ਵਿੱਚ ਲੱਖਾਂ ਦੀ ਹੁੰਦੀ ਹੈ ਤੇ ਫਿਰ ਲੱਖਾਂ ਦੇ ਵਿੱਚ ਤੁਸੀਂ ਵੀ ਸੈਨੇਟਰ ਲੋ ਸਾਫ ਹੋ ਆਰੇ ਇਹ ਤਾਂ ਤੁਸੀਂ ਤਾਂ ਇੱਕ ਇਲਾਕੇ ਦੀ ਮੈਨੂੰ ਬਠਿੰਡੇ ਦਾ ਕੋਈ ਇਲਾਕਾ ਹੋ ਜਾਸੋ ਜਿੱਥੇ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਤੁਸੀਂ ਟ੍ਰਿਬਿਊਨ ਦਫ਼ਤਰ ਵਾਲੇ ਪਾਸੇ ਚਲੇ ਜਾਓ ਹੂੰ ਉੱਥੇ ਕੀ ਨਹੀਂ ਹੁੰਦਾ ਹੂੰ ਸਾਰੇ ਮਤਲਬ ਸਾਰੇ ਥਾਵਾਂ ਦੇ ਤੇ ਸਾਰੇ ਰਾਤ 12 ਵਜੇ ਦੀ ਵੀਡੀਓ ਵਾਇਰਲ ਹੋਈ ਜਾਂਦੀ ਹੈ ਜੀ ਹੁਣ ਨਸ਼ਦ ਰਾਤ ਨੂੰ 12 ਵਜੇ ਮਾਲ ਰੋਡ ਦੇ ਉੱਤੇ ਇੱਕ ਮੁੰਡਾ ਬੱਟਾ ਟੀਕੇ ਲਈ ਜਾਂਦਾ ਹਾਂ ਹਾਂ ਬਿਲਕੁਲ ਦੱਸੋ ਕੀ ਕਰੋਗੇ ਇਹ ਲਾਤਾ ਘਟੋ ਘਟਾ ਚਲੋ ਜਿਹੜਾ ਬੱਚੇ ਨੂੰ ਕਿਸੇ ਨੂੰ ਅਕਲ ਦੇਣੀ ਹੈ ਜਿਹੜਾ ਬੰਦਾ ਵੇਚਣ ਵਾਲਾ ਉਹ ਤਾਂ ਤਰਸ ਖਾ ਰਿਹਾ ਪਰ ਉਹਦੇ ਉੱਤੇ ਠੇਕੇਦਾਰ ਬੈਠੇ ਉਹ ਤਾਂ ਕਰਿੰਦਾ ਪਰ ਕੀ ਉੱਥੇ ਸਰਕਾਰ ਦਾ ਫਰਜ ਨਹੀਂ ਪੰਡਦਾ ਕਿ ਉੱਥੇ ਲਵਾਵੇ ਵੀ ਮੰਡੇਟਰੀ ਆ ਨਾਲੇ ਵੀ ਬੋਰਡ ਲਾਉਣਾ ਵੀ 25 ਸਾਲ ਤੋਂ ਘੱਟ ਵਿਅਕਤੀ ਇਹਨੂੰ ਸ਼ਰਾਬ ਦੇਣਾ ਕਾਨੂੰਨ ਤੁਸੀਂ ਤਾਂ ਮੁੰਡਿਆਂ ਦੀ ਗੱਲ ਕਰਤੀ ਨਿੱਕੇ ਨਿੱਕੇ ਕੁੜੀਆਂ ਹਾਂ ਦੱਸੋ ਆ ਬਠਿੰਡੇ ਦੀ ਸਥਿਤੀ ਇਸ ਵੇਲੇ ਦੀ ਆ ਵੀ ਹਾਈਲਟ ਸੈਂਟਰ ਖੁੱਲ ਗਏ ਮਾਪੇ ਤਾਂ ਮਤਲਬ ਵਿਚਾਰੇ ਮਤਲਬ ਢਿੱਡ ਪੇਟ ਬਣ ਕੇ ਬੱਚਿਆਂ ਨੂੰ ਭੇਜਦੇ ਆ ਵੀ ਹੁਣ ਕਰੀਏ ਕੀ ਇੱਥੇ ਖਰਾਬ ਹੋਣਗੇ ਜੀ ਇੱਥੇ ਉਹ ਜੋ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਦੇਖੀਏ ਇਹਨੂੰ ਸਾਰਾ ਬੁਰਾ ਹਾਲ ਹੋਇਆ ਪਏ ਬੱਸ ਜੀ ਆਪਾਂ ਤਾਂ ਹਾ ਦਾ ਨਾਰਾ ਮਾਰ ਸਕਦੇ ਹਾਂ ਜੀ ਬਿਲਕੁਲ ਬਿਲਕੁਲ ਚੌਕੀਦਾਰ ਤਾਂ ਕੰਮ ਆ ਵੀ ਜਾਗਦੇ ਰਹੋ ਬੁੱਕਰਾ ਦਿਨਾਂ ਵੀ ਪਾਈ ਜਾਗਦੇ ਰਹੋ ਸੋ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਾਰੇ ਮਿਹਰਬਾਨੀ ਸੋ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਗੱਲਬਾਤ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਫੇਸਬੁੱਕ ਤੇ ਇੱਥੇ ਕਮੈਂਟ ਜ਼ਰੂਰ ਕਰ ਦੇਣਾ ਸ਼ੁਕਰੀਆ ਮਿਹਰਬਾਨੀ ਜੀ Şamadan